ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਹਜ਼ੂਰ ਦਾ ਵਚਨ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੁਝ ਅਰਥ ਕਰੀਏ ਕਿ ਸਤਿਗੁਰੂ ਨੇ ਸਾਡੇ ਤੇ ਕਿੰਨੀ ਮਹਾਨ ਕਿਰਪਾ ਕੀਤੀ ਹੈ। ਤੂੰ ਰੱਬੀ ਬਾਣੀ ਦਾ ਕੀਰਤਨ ਸੁਣ। ਕੀਰਤਨ ਦੇ ਅਰਥ ਵੀ ਸਾਡੇ ਵਿਦਵਾਨਾਂ ਨੇ ਬੜੇ ਕੀਤੇ ਨੇ, ਕਿਉਂਕਿ ਰੱਬੀ ਬਾਣੀ ਦਾ ਕੋਈ ਅੰਤ ਨਹੀਂ ਪਾ ਸਕਦਾ। ਇੱਕ ਵਿਦਵਾਨ ਦੇ ਬਚਨ ਚੇਤੇ ਆਏ। ਉਹ ਵਿਦਵਾਨ ਕਹਿੰਦਾ, ਇੱਕ ਨਾ ਲੂਣ ਦੀ ਡਲੀ ਹੈ, ਉਹ ਕਹਿੰਦੀ ਮੈਂ ਸਮੁੰਦਰ ਦਾ ਅੰਤ ਲੈਣ ਜਾਣੀ ਹਾਂ, ਨਾਲ ਆਪਾਂ ਵਿਚਾਰ ਕਰਨੀ ਹੈ ਮਹਾਂਪੁਰਖਾਂ ਦੇ ਜੀਵਨ ਤੇ। ਦਾਸ ਤੋਂ ਬਾਅਦ ਅਤਿ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਹਾਜ਼ਰੀ ਭਰਨਗੇ, ਉਹ ਵੀ ਆ ਰਹੇ ਨੇ। ਦਾਸ ਨੇ ਪੰਜ ਸੱਤ ਮਿੰਟ ਲੈਣੇ ਨੇ। ਲੂਣ ਦੀ ਡਲੀ ਹੈ, ਕਹਿੰਦੀ ਮੈਂ ਸਮੁੰਦਰ ਦਾ ਅੰਤ ਲੈ ਕੇ ਆਉਣੀ ਹਾਂ। ਉਹ ਵਿਦਵਾਨ ਲਿਖਦਾ ਹੈ, ਚੱਲੀ ਪੂਤਰੀ ਲੂਣ ਕੀ ਥਾਹ ਸਿੰਧ ਕੀ ਲੈਣ, ਅਨਾਥ ਆ ਪਾਪੇ ਪਹੀ ਪਲਟ ਕਹੀ ਕੋ ਬੈਨ। ਅਨਾਥ ਵਿਦਵਾਨ ਹੋਏ ਨੇ, ਲੂਣ ਦੀ ਡਲੀ ਹੈ, ਸਮੁੰਦਰ ਦੇ ਵਿੱਚ ਚਲੇ ਗਈ, ਪਾਣੀ ਦਾ ਰੂਪ ਹੋ ਗਈ। ਪਲਟ ਦਾ ਅਰਥ ਹੈ ਬਦਲ ਕੇ, ਪਰਤ ਕੇ, ਮੁੜ ਕੇ। ਲੂਣ ਦੀ ਡਲੀ ਕਿਸ ਨੂੰ ਆਖੇ ਕਿ ਸਮੁੰਦਰ ਇੰਨਾ ਡੂੰਘਾ ਹੈ। ਇਸੇ ਤਰ੍ਹਾਂ ਪਰਮਾਤਮਾ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਉਸ ਪ੍ਰਭੂ ਦਾ ਅੰਤ ਨਹੀਂ ਆਉਂਦਾ, ਉਸ ਪ੍ਰਭੂ ਦੀ ਸਿਫਤ ਦਾ ਅੰਤ ਨਹੀਂ ਆਉਂਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪੁੱਛੀਏ ਕਿ ਬ੍ਰਹਮ ਗਿਆਨੀ ਕੈਸਾ ਹੁੰਦਾ ਹੈ। ਮਹਾਰਾਜ ਜੀ ਦਾ ਇੱਕ ਬਚਨ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ। ਪਹਿਲਾ ਗੁਣ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹਨਾਂ ਦਾ ਮਨ ਸੱਚਾ ਹੁੰਦਾ ਹੈ। ਦੂਸਰਾ ਗੁਣ, ਮਨ ਸਾਚਾ ਮੁਖ ਸਾਚਾ ਸੋਏ, ਜੀਭਾ ਤੇ ਵੀ ਸੱਚੇ ਦਾ ਸਿਮਰਨ। ਤੀਸਰੀ ਗੱਲ, ਅਵਰ ਨਾ ਪੇਖੈ, ਅਵਰ ਤੋਂ ਭਾਵ ਹੋਰ, ਅਵਰ ਨਾ ਪੇਖੈ ਇਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇੱਕ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਮੰਨਦੇ। ਤੇ ਉਸ ਕਤਾਰ ਦੇ ਅੰਦਰ ਨੇ ਬਹੁਤ ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖ। ਇੱਕ ਵਿਦਵਾਨ ਦੇ ਲਫ਼ਜ਼ ਨੇ, ਵਿਦਵਾਨ ਦੇ ਬੋਲ ਨੇ ਕਿ ਉਹਨਾਂ ਮਹਾਂਪੁਰਖਾਂ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ। ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜਰਦੋ ਚਸਮ ਤਰ, ਕੰਮ ਗੁਫਤ ਨੂੰ ਕੰਮ ਖੁਰਦ ਨੂੰ ਖਵਾਬਸ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਿਰ। ਉਸ ਪਿਆਰੇ ਦੀ ਯਾਦ ਅੰਦਰ ਠੰਡੇ ਸਵਾਸ ਲੈਂਦੇ ਨੇ, ਉਹਨਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ, ਬੋਲਣਾ ਘੱਟ ਕਰ ਦਿੰਦੇ ਨੇ, ਸੋਣਾ ਘੱਟ ਕਰ ਦਿੰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਐਸੀ ਉਹਨਾਂ ਦੀ ਅਵਸਥਾ ਬਣਦੀ ਹੈ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਵਿਚਾਰ ਸੀ ਬ੍ਰਹਮ ਗਿਆਨੀ ਦੀ। ਇਸ ਕਤਾਰ ਦੇ ਅੰਦਰ ਨੇ ਬਾਬਾ ਜਰਨੈਲ ਸਿੰਘ। ਉਹਨਾਂ ਦੇ ਜੀਵਨ ਅੰਦਰ ਇੱਕ ਵਿਚਾਰ ਆਪ ਸੰਗਤਾਂ ਦੇ ਚਰਨਾਂ ਵਿੱਚ ਰੱਖ ਕੇ ਮੈਂ ਸਮਾਪਤੀ ਵੱਲ ਹੋਵਾਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪ੍ਰਚਾਰ ਕਰ ਰਹੇ ਨੇ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ। ਸੰਗਤ ਵਿੱਚ ਇੱਕ ਸਿੱਖ ਬੈਠਾ ਹੈ, ਸਿੰਘ ਬੈਠਾ ਹੈ,
ਉਹਦੇ ਮਨ ਅੰਦਰ ਸ਼ੰਕਾ ਹੋਈ ਹੈ, ਡਾਊਟ ਹੋਇਆ ਹੈ ਕਿ ਬਾਬਾ ਜਰਨੈਲ ਸਿੰਘ 101 ਜਪਜੀ ਸਾਹਿਬ ਦੇ ਪਾਠ ਕਿਵੇਂ ਕਰਦੇ ਹੋਣਗੇ, ਸੁਖਮਨੀ ਸਾਹਿਬ ਦਾ ਪਾਠ ਕਿਵੇਂ ਕਰਦੇ ਹੋਣਗੇ, ਆਸਾ ਜੀ ਦੀ ਵਾਰ ਦਾ ਪਾਠ ਕਿਵੇਂ ਕਰਦੇ ਹੋਣਗੇ, ਮੂਲ ਮੰਤਰ ਦਾ ਪਾਠ ਕਿਵੇਂ ਕਰਦੇ ਹੋਣਗੇ। ਇਹਨਾਂ ਦੇ ਪਾਸ ਤੇ ਸਮਾਂ ਹੀ ਨਹੀਂ, ਵਿਚਾਰ ਨੂੰ ਧਿਆਨ ਨਾਲ ਸੁਣਿਓ। ਉਸ ਸਿੰਘ ਦੇ ਮਨ ਅੰਦਰ ਸ਼ੰਕਾ ਹੋਇਆ ਹੈ ਕਿ ਬਾਬਾ ਜਰਨੈਲ ਸਿੰਘ ਨੂੰ ਦੁਨੀਆਂ ਦੇ ਬੜੇ ਲੋਕ ਮਿਲਣ ਵਾਸਤੇ ਆਉਂਦੇ ਨੇ, ਬੜੀ ਸੰਗਤ ਮਿਲਣ ਵਾਸਤੇ ਆਉਂਦੀ ਹੈ, ਤੇ ਇੰਨਾ ਨਿਤਨੇਮ ਕਰਨਾ ਸੌਖਾ ਨਹੀਂ। 101 ਪਾਠ ਜਪਜੀ ਸਾਹਿਬ ਦਾ, ਸਿੰਘ ਸਾਹਿਬਾਨ ਸਟੇਜ ਤੇ ਬਿਰਾਜਮਾਨ ਨੇ, ਇਹਨਾਂ ਨੇ ਕਿਤਾਬ ਲਿਖੀ, ਉਹ ਵੀ ਦਾਸ ਨੇ ਪੜ੍ਹੀ ਹੈ, ਤੇ ਮਹਾਂਪੁਰਖਾਂ ਨੇ ਇੱਕ ਚਲੀਸਾ ਕੱਟਿਆ ਸੀ ਤੇ ਸਿੰਘ ਸਾਹਿਬ ਜੀ ਪ੍ਰਸ਼ਾਦਾ ਪਾਣੀ ਮਹਾਂਪੁਰਖਾਂ ਨੂੰ ਛਕਾਉਂਦੇ ਸੀ, ਤੇ ਸਿੰਘ ਸਾਹਿਬਾਨ ਹੁਣਾਂ ਨੇ ਲਿਖਿਆ ਕਿ 24 ਘੰਟਿਆਂ ਦੇ ਵਿੱਚੋਂ 22 ਘੰਟੇ ਮਹਾਂਪੁਰਖਾਂ ਦਾ ਸਿਮਰਨ, 22-23 ਘੰਟੇ, ਤੇ ਆਪੇ ਹਿਸਾਬ ਲਾਓ ਗੁਰਬਾਣੀ ਕੀ ਕਹਿੰਦੀ ਹੈ, ਗੁਰਮੁਖ ਰੋਮ ਰੋਮ ਹਰ ਤਿਆਵੇ। ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਂਦੀ ਹੈ, ਪਰ ਕਹਿੰਦੇ ਅੱਜ ਉਹ ਸਿੱਖ ਦੇ ਮਨ ਅੰਦਰ ਸ਼ੰਕਾ ਹੋਈ ਹੈ ਕਿ ਬਾਬਾ ਜਰਨੈਲ ਸਿੰਘ ਇੰਨਾ ਨਿਤਨੇਮ ਕਰਦੇ ਕਿਵੇਂ ਹੋਣਗੇ। ਮਹਾਂਪੁਰਖਾਂ ਨੇ ਸਪੀਚ ਦਿੱਤੀ ਹੈ, ਸਮਾਪਤੀ ਹੋਈ ਹੈ, ਸਟੇਜ ਤੋਂ ਥੱਲੇ ਉਤਰ ਕੇ ਜਾ ਰਹੇ ਨੇ, ਕਿਉਂਕਿ ਬ੍ਰਹਮ ਗਿਆਨੀ ਅੰਦਰ ਦੀ ਜਾਣਦਾ ਹੈ। ਉਸ ਸਿੰਘ ਨੂੰ ਆਵਾਜ਼ ਮਾਰੀ ਤੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀਆਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਵਿੱਚੋਂ ਕਹਿੰਦੇ ਸੁਖਮਨੀ ਸਾਹਿਬ ਦੀ ਆਵਾਜ਼ ਆ ਰਹੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਤੇ ਬਾਬਾ ਜਰਨੈਲ ਸਿੰਘ ਨੇ ਇੱਕ ਗੱਲ ਕਹੀ, ਗੁਰੂ ਕੇ ਸਿਖਾ ਕਦੀ ਸ਼ੰਕਾ ਨਹੀਂ ਕਰਨੀ। ਬ੍ਰਹਮ ਗਿਆਨੀ ਸੀ ਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਨਿਸ਼ਾਨੀਆਂ ਦੱਸ ਦਿੱਤੀਆਂ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸੋ ਦਾਸ ਦੇ ਪਾਸੋਂ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਿੱਖ ਕੌਮ ਦੇ ਮਹਾਨ ਹਸਤੀ ਮਹਾਨ ਸ਼ਖਸੀਅਤ ਬਹੁਤ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਿੰਘ ਸਾਹਿਬਾਨ ਜੀਆਂ ਪਾਸੋਂ ਵਿਚਾਰਾਂ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਹਮੇ ਅਵਗੁਣ ਭਰੇ ਏਕ ਗੁਣ ਨਾਹੀ, ਮਾਇਆ ਮੋਹ ਭਰਮ ਪੈ ਪੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਜਬ ਲਉ ਨਹੀਂ ਪਾਗਲ ਲਾਰਿ ਉਦੈ, ਤਬ ਲਉ ਭਰਮਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੋੜਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰੀ ਹੈ ਮਥਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹਿ ਆਇਓ। ਹਰ ਹਰ ਜਨ ਦੁਈ ਏਕ ਹੈ, ਬਿਵ ਵਿਚਾਰ ਕਿਛੁ ਨਾਹੀ,
जल ते उपजत रंग ज्यों जल ही बिखै समाहे संतन स्यों मेरी लेवा देवी संतन स्यों व्यवहारा संतन संग हम लाहा खाटिया हर भगत भरे भंडारा सतगुरु गरीब नवाज पतत पावन भगत वछल कृपा दे खजाने जुगो जुग टल सतगुरु शब्दावतार धन गुरु ग्रंथ साहब सच्चे पातशाह जिन्हां दी पावन पवित्र हजूरी विच जुड़े हुए गुरु खालसा जी सतगुरु जी की कृपा का सदका पिछले पांच दिनों तो कथा कीर्तन दे गुरमत समागम चल रहे हैं। सतगुरु की बाणी का फरमान है नानक कहै सुन रे मना कर कीर्तन होए उदार। गुरु की बाणी की कीर्ति सुन के महाराज सच्चे पातशाह का हुक्म है गावते उधरे सुनते उधरे बिनसे पाप कनेरे। गुरु की बाणी सुनाउन वाला भी सुन वाला भी इस संसार तो पार उतारा हो जाता है सुख प्राप्त होता है दुख नस जाते ने। सो गुरु की सिख संगत बड़ी ही श्रद्धा भावना के नाल गुरु की हाजरिया भर रहे हो आओ सरबत संगत गुरु की फतेह प्रवान करो। कोई रसना फतेह बुलाउण तो वांझी ना रवे सरबत संगत गज के फतेह बुलाओ। वाहिगुरु जी का खालसा वाहिगुरु जी की फतेह। कल सतगुरु पातशाह जी की कृपा दे सदका सारे ही नगर ने बहुत चाह नाल श्रद्धा प्रेम भावना दे नाल महापुरखां प्रति बहुत प्यार दी भावना का उजागर किया है। जिवें ही सतगुरु साहब सच्चे पातशाह जी आप इस नगर विच प्रवेश होए नगर कीर्तन दे रूप विच तां नगर वालिया ने बहुत ही श्रद्धा नाल सारे नगर की भी यात्रा की गुरु साहब जी के दर्शन दीदारे किए। तो आप संगत ने जो गुरद्वारा संत खालसा श्रीमान संत ग्ञानी जरनैल सिंह जी खालसा भिंडरां वाले महापुरखों के जन्म स्थान ते जन्म स्थान नाल मशहूर है इत्थे पहली बार महाराज सच्चे पातशाह जी का प्रकाश होया अखंड पाठ साहब आरंभ होए चल रहे हैं कल नूं भोग पैने हैं। सो संगतां ने बहुत ही एकता दा और प्यार दा सबूत दिता है। एक उन्हां महापुरखां दी कुरबानी उन्हां दी देन उन्हां दा सिमरन और ये कह लईए कि उन्हां दा जप तप ते उन्हां दी कुरबानी दा सदका जो दुनिया दे विच अपने नगर दा नाम रोशन होया है ये भी एक विलखण कारण है कि हर माई भाई हर बच्चा बजुर्ग नौजवान इस नाम तो ही बलहार हन कि जिन्हां ने अपनी कमाई किरत अपना सिमरन अपनी सतगुरु साहब सच्चे पातशाह जी दे नाल लैब अते पंथ प्रति प्यार आपा वारन दी भावना इन्हां तमाम गुणा करके वड्डे रुतबे प्राप्त कीते जिन्हां करके अज असीं सारे ही मनां विच सोचदे हाँ फकर करदे हाँ कि असीं संतां दे पिंड दे हाँ। मैनूं परसों ही भाई गुरमेल सिंह जी मिले महापुरखां दे नाल भी रहे जत्थे दे विच कहिंदे मैं थोड़े जे दिन विदेश विच गया शायद कनेडा च गए सन कहिंदे जिवें जिवें संगतां नूं पता लगा भी ये गुरमेल सिंह रोडियां तों आ ते संगतां ने बड़ा प्रेम कीता
ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਇਹ ਗੁਰਮੇਲ ਸਿੰਘ ਤੇ ਸੰਤਾਂ ਦੇ ਨਾਲ ਰਿਹਾ, ਇਹਨੇ ਦਮਦਮੀ ਟਕਸਾਲ ਵਿੱਚੋਂ ਸੰਥਿਆ ਪੜ੍ਹੀ ਆ, ਤੇ ਆਂਦੇ ਫਿਰ ਮੈਨੂੰ ਘਰਾਂ ਘਰਾਂ 'ਚ ਲਿਜਾਣ ਵਾਸਤੇ ਬੇਨਤੀਆਂ ਕਰਨ ਲੱਗੇ ਵੀ ਸਾਡੇ ਘਰੇ ਜਲ ਪਾਣੀ ਛਕ ਲਓ, ਸਾਡੇ ਘਰੇ ਪ੍ਰਸ਼ਾਦਾ ਛਕ ਲਓ। ਮੈਨੂੰ ਹੱਸਣ ਲੱਗ ਪਏ, ਕਹਿੰਦੇ ਆਏ ਮੈਨੂੰ ਮਹਿਸੂਸ ਹੋਣ ਲੱਗ ਗਿਆ ਕਿ ਮੈਂ ਹੀ ਬਹੁਤ ਵੱਡਾ ਸੰਤ ਹਾਂ। ਕਹਿੰਦੇ ਸੰਤਾਂ ਉਹਨਾਂ ਦੀ ਦੇਣ ਸੀ, ਕਿਰਪਾ ਉਹਨਾਂ ਦੀ ਸੀ, ਨਾਮ ਉਹਨਾਂ ਦਾ ਸੀ। ਮੈਂ ਸਿਰਫ ਪਿੰਡ ਦਾ ਹੋਣ ਕਰਕੇ, ਟਕਸਾਲ ਦਾ ਵਿਦਿਆਰਥੀ ਹੋਣ ਕਰਕੇ ਇੰਨਾ ਮੇਰਾ ਮਾਣ ਸਨਮਾਨ ਸੰਗਤ ਨੇ ਕੀਤਾ। ਸਤਿਸੰਗ ਜੀ, ਇਹ ਕਮਾਈ ਦੀਆਂ ਗੱਲਾਂ ਨੇ। ਮਨੁੱਖ ਸੰਸਾਰ ਵਿੱਚ ਆਉਂਦਾ ਹੈ ਤਾਂ ਹਰ ਇੱਕ ਦੀ ਇਹ ਮਨਸ਼ਾ ਹੁੰਦੀ ਹੈ, ਤਮੰਨਾ ਹੁੰਦੀ ਹੈ ਕਿ ਮੈਨੂੰ ਸਭ ਤੋਂ ਪਹਿਲਾਂ ਤਾਂ ਵੀ ਕੋਈ ਦੁੱਖ ਨਾ ਲੱਗੇ, ਮੈਨੂੰ ਸੁੱਖ ਪ੍ਰਾਪਤ ਹੋਵੇ। ਤੇ ਜੇ ਮਨੁੱਖ ਕੋਲ ਸੁੱਖ ਹਨ ਤੇ ਫਿਰ ਉਹ ਸੋਚਦਾ ਵੀ ਸੁੱਖਾਂ ਦੇ ਨਾਲ ਮੇਰੀ ਸ਼ੋਭਾ ਵੀ ਹੋਵੇ। ਚਾਰ ਬੰਦੇ ਮੈਨੂੰ ਜਾਣਦੇ ਹੋਣ, ਜਿੱਥੇ ਮੈਂ ਜਾਵਾਂ ਮੇਰੀ ਜੈ ਜੈਕਾਰ ਹੋਵੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਹੋ ਸਕਦਾ ਗੁਰਸਿੱਖਾ, ਕੋਈ ਔਖੀ ਗੱਲ ਨਹੀਂ। ਪਰ ਜੇ ਤੂੰ ਸਹੀ ਰਸਤੇ ਤੇ ਆ ਜਾਵੇਂ ਤੇ ਫਿਰ ਸਤਿਗੁਰੂ ਦੀ ਬਾਣੀ ਇਹ ਸਾਨੂੰ ਦਰਸਾਉਂਦੀ ਹੈ ਕਿ ਇਹ ਕੁਝ ਤੈਨੂੰ ਪ੍ਰਾਪਤ ਹੋ ਸਕਦਾ। ਫਿਰ ਇੱਕ ਹੋਰ ਜ਼ਰੂਰੀ ਬੇਨਤੀ ਹੈ ਕਿ ਦੇਖੋ, ਜਿਵੇਂ ਬਾਣੀ ਸੁਤੰਤਰ ਹੈ ਨਾ, ਇਵੇਂ ਇਸ ਨੂੰ ਜਪਣ ਵਾਲਾ ਮਨੁੱਖ ਵੀ ਸੁਤੰਤਰ ਹੈ। ਕਿਸੇ ਦੇ ਉੱਪਰ ਕੋਈ ਬੰਦਿਸ਼ ਨਹੀਂ ਕਿ ਫਲਾਨਾ ਆਦਮੀ ਬਾਣੀ ਨਹੀਂ ਪੜ੍ਹ ਸਕਦਾ, ਸਿਮਰਨ ਨਹੀਂ ਕਰ ਸਕਦਾ, ਜਾਪ ਨਹੀਂ ਕਰ ਸਕਦਾ, ਕਿਸੇ 'ਤੇ ਕੋਈ ਪਾਬੰਦੀ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਵੀ ਜਿਹੜਾ ਵੀ ਜਪ ਲਵੇ, ਭਗਤ ਕਬੀਰ ਜੀ ਕਹਿੰਦੇ ਵੀ ਇਹ ਇੱਕ ਐਸਾ ਨਾਮ ਹੈ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਕਹਿੰਦੇ ਰੱਤੀ ਭਰ ਵੀ ਇਹਦੇ 'ਚ ਸ਼ੰਕਾ ਨਹੀਂ, ਇਹਦੇ ਵਿੱਚ ਸੰਸਾ ਨਹੀਂ, ਚਿੰਤਾ ਨਹੀਂ। ਜਿਹਨੇ ਵੀ ਪਰਮਾਤਮਾ ਦਾ ਨਾਮ ਜਪ ਲਿਆ ਉਹ ਪਰਮਗਤੀ ਨੂੰ, ਭਾਵ ਮੁਕਤੀ ਨੂੰ ਪ੍ਰਾਪਤ ਹੋਵੇਗਾ, ਉਹਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ ਰਹਿ ਜਾਵੇ। ਤੇ ਜੇ ਅਸੀਂ ਦੁਨਿਆਵੀ ਹਿਸਾਬ ਨਾਲ ਦੇਖਦੇ ਹਾਂ ਤੇ ਮਨੁੱਖ ਚਿੰਤਾ ਦਾ ਗ੍ਰਸਿਆ ਹੋਇਆ। ਹਜ਼ੂਰ ਬਾਣੀ ਵਿੱਚ ਫਰਮਾਉਂਦੇ ਨੇ ਕਿ ਇਹ ਚਿੰਤਾ ਕਿਹੋ ਜਿਹਾ ਵਿਸ਼ਾ ਹੈ ਜਿਹਦਾ ਸੰਬੰਧ ਮਨ ਨਾਲ ਹੈ ਤੇ ਜਿਹਦਾ ਅਸਰ ਸਰੀਰ ਉੱਪਰ ਪੈਂਦਾ ਹੈ। ਇਹ ਦੋਨਾਂ 'ਤੇ ਅਸਰ ਪਾਉਂਦਾ। ਚਿੰਤਾ ਰੋਗ, ਸਰੀਰਕ ਰੋਗ ਨਹੀਂ ਗਾ, ਚਿੰਤਾ ਦਾ ਰੋਗ ਮਾਨਸਿਕ ਰੋਗ ਹੈ, ਪਰ ਇਹ ਸਰੀਰ ਨੂੰ ਰੋਗੀ ਕਰ ਦਿੰਦਾ, ਸਰੀਰ ਦੇ ਉੱਪਰ ਆਪਣਾ ਅਸਰ ਛੱਡਦਾ ਹੈ। ਤੇ ਫਿਰ ਵੱਡੇ ਵੱਡੇ ਧਨਾੜ ਲੋਕਾਂ ਨੇ, ਵੱਡੇ ਵੱਡੇ ਵਿਦਵਾਨਾਂ ਨੇ, ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੇ ਇਸ ਦੀ ਖੋਜ ਕੀਤੀ ਵੀ ਚਿੰਤਾ ਰਹਿਤ ਜੀਵਨ ਬਤੀਤ ਹੋ ਸਕਦਾ। ਫਿਰ ਕਿਸੇ ਨੇ ਇਹ ਸੋਚਿਆ ਵੀ ਜੇ ਮਾਇਆ ਕਰਕੇ ਚਿੰਤਾ ਹੁੰਦੀ ਹੈ ਤੇ ਜਿਹਦੇ ਕੋਲ ਮਾਇਆ ਹੈ, ਜਿਹਦੇ ਕੋਲ ਜਿਉਣ ਦੇ ਚੰਗੇ ਸਾਧਨ ਨੇ, ਉਹਨੂੰ ਫਿਰ ਚਿੰਤਾ ਨਹੀਂ ਹੁੰਦੀ ਹੋਣੀ। ਸਤਿਗੁਰੂ ਜੀ ਨੇ ਇਸ ਗੱਲ ਨੂੰ ਹੋਰ ਨਿਖਾਰ ਦਿੱਤਾ ਵੀ ਨਹੀਂ, ਗੱਲ ਇਹ ਨਹੀਂ ਵੀ ਜਿਹਦੇ ਕੋਲ ਮਾਇਆ ਉਹਨੂੰ ਚਿੰਤਾ ਨਹੀਂ ਹੁੰਦੀ। ਹਜ਼ੂਰ ਬਾਣੀ ਵਿੱਚ ਫਰਮਾਉਂਦੇ ਨੇ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪਰਮੰਤਾ। ਦੋਹਾਂ ਵਿਵਸਥਾ 'ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਏ, ਕਹਿੰਦੇ ਦੋਨਾਂ ਵਸਤਾਂ ਤੋਂ ਜਿਹੜਾ ਮੁਕਤ ਹੈ ਨਾ ਉਹਨੂੰ ਸੁਹੇਲਾ ਮੰਨਿਆ ਜਾ ਸਕਦਾ, ਭਾਵ ਉਹਨੂੰ ਸੁਖੀ ਮੰਨਿਆ ਜਾ ਸਕਦਾ। ਹਜ਼ੂਰ ਫਰਮਾਉਂਦੇ ਨੇ ਵੱਡੇ ਵੱਡੇ ਜੋ ਦੀਸ਼ਾ ਲੋਕ, ਤਿੰਨ ਕੋ ਵਿਆਪਾ ਚਿੰਤਾ ਰੋਗ,
चिंता रोग जो ग्रसे हुए ने जेडे वड्डे दिसदे ने वध चिंता है। ते फिर सतगुरु सच्चे पातशाह जी कहिंदे भाई दुनिया दे बहुत महंगे दुनिया दे बहुत मशहूर बहुत सियाने समझदार डॉक्टर की सलाह ले लो कि मैनू चिंता ना होवे। ते समझदार सियाना डॉक्टर भी यह आपां नूं राय देगा ए मशवरा देगा समझावेगा कि तू चिंता करिया ना कर। ते मरीज कहिंदा वी मैं चिंता जान के थोड़ो कर दूं चिंता ते मैनू चुंबड़ी हुई है भी ये ताई ते मैं तुहाडे कोले आया। कहिंदे फिर की तैनू फर्क पैंदा कहिंदा मैनू नींद नहीं आउंदी मैनू भुख नहीं लगदी मैनू पदार्थ चंगे नहीं लगते। कहिंदे फिर मैं कुछ ना कुछ तो कर सकदा वी तैनू दवाई देवां तैनू भुख लग जावे तैनू इंजैक्शन ला देवां तैनू नींद आ जावे पर यह सदीवी इलाज नहीं। साढ़े ते सतगुरु जी ने इन्नी कृपा की रहमत की हजूर ने तुरकी बाणी का निर्माण किया रब्बी बाणी नूं संसार विच लियांदा। ते महाराज सच्चे पातशाह जी कहिंदे इह बाणी काहदे लई है क्यों जरूरत पई इस बाणी नूं अंकित करन दी क्योंकि रब दे नाम तां जिन्ने भी लै लै के कोई जप रहा सी आराध रहा सी कम चली जांदा सी पर कहिंदे हुण इह रब दी कलाम मैं कित्थे होर बेनती करदे आं कि धन गुरु ग्रंथ साहिब सच्चे पातशाह जी की जिहड़ी बाणी आ इस दे गुरमुखी अखर हन ते जिहड़ी रब्बी कलाम है ना वह गुरमुखी अखरां विच ही उसका शुद्ध उच्चारण हो सकदा शुद्ध लिखिया जा सकता है। जिन्नियां भाषावां दे विच बाणी होवे चंगी गल है पर उसका उच्चारण सही नहीं हो सकता। तुसी इंग्लिश दे विच मूल मंत्र भी नहीं लिख सकते मूल मंत्र लिखोगे ना तो उन्हों गुरमुखी अखर नहीं पढ़ा के भावें तुसी सही करा दो क्योंकि अखर ही है नहीं बहुत सारे अड़ाड़ा है नहीं टैंका है नहीं बहुत सारे अखर है नहीं। इस वास्ते धन गुरु अंगद साहब सच्चे पातशाह जी ने वाहिगुरु गुरु अमरदास महाराज ने यह गुरमुखी के अखर बनाए ये औंकड़ दलेंकड़ बनाए यदि मुहारनी बनाई ते उहदे विच गुरमुखी अखरां दे विच गुरबाणी लिखी ते तां रहतनामियां दे विच सानू हुक्म कीता महाराज ने सिख सिखनी अपने बच्चियां नू गुरमुखी अखर सिखावे क्योंकि तां ही आपां बाणी पढ़ सकांगे ना। ते सतगुरु पातशाह जी ने यह प्रबंध किया गुरमुखी अखर बनाए गुरसिखां नू सिखाए सिख्या दित्ती मदरसे बनाए डेरियां दे विच गुरबाणी दे पढ़न वास्ते पहला गुरमुखी पढ़ाई जांदी ते इस गुरमुखी दे उच्चारण नाल जदों बाणी इस संसार विच उतर आई ते धन गुरु नानक साहब सच्चे पातशाह दे बचन सौ साखी दे विच जां कवि संतोख सिंह दीआं लिखतां विच आपां पढ़दे आं ना जदों किते एकांत विच बैठे धन गुरु नानक साहब सच्चे पातशाह गुरु गरीब नवाज मरदाने नूं कहिंदे मरदाने रबाब वजा बाणी आई हुण इन्नी पवित्र बाणी जिहड़ी बाणी जिवें महाराज ने कहा जैसी मैं आवै खसम की बाणी बाणी उत्तों उतरी है ते गुरु नानक साहब ते अपने मुखार बिंद तों उचार के उहदी बनावट मरदाने नूं दस रहे ने ते फिर मारे कहिंदे बाणी नूं रखीए कित्थे इन्नी पवित्र चीज नूं किहड़ी जगह ते सामना करिए तां कहिंदे सी रबाब जा हुण बाणी आई है मरदाना रबाब वजाउंदा ते सतगुरु पातशाह जी इस बाणी नूं राग विच रखदे ने राग विच भाव पवित्रता दे नाल महाराज ने यह बाणी सांभी ते फिर सानू दस्या भी ये बाणी है कि जेड़ी बीमारी का दुनिया में इलाज नहीं
और इस बीमारी दे तमाम लोग बहु गिनती लोग ग्रसे हुए ने, इस बीमारी तो पीड़ित ने। तो महाराज कहते इस वास्ते असी ये तुरकी बाणी संसार विच लियांदी, हजूर दा हुक्म है तुरकी बाणी आई तिन सगली चिंत मिटाई। जिहड़ी चिंता कोई नहीं ना मिट सकदा, कहिंदे ओ गुरु की बाणी चिंता मिट सकदी। ते सतगुरु ने सानू फिर ढंग दस्या, कहिंदे भी जिहड़ी ये बाणी है ना इस नू किस ढंग नाल पढ़ना है, किस ढंग नाल इहदा नितनेम करना है, किवें इहदे ते भावना रखनी है, किवें इहते भरोसा करना है, वह सतगुरु ने गुरबाणी विच ही सानू दस दिता। ते महाराज कहिंदे अमृत बाणी हर हर तेरी, सुन सुन होवै परमगत मेरी, जलन बुझी शीतल होए मनुआ, सतगुर का दर्शन पाए जी। कहिंदे अमृत बाणी हर हर तेरी, सुन सुन होवै परमगत मेरी। देखो बहुत सारी अमर उम्र बीत गई, बीतती जा रही आ, कदे सतगुरु की इस पंक्ति नूं ध्यान विच लिआंदा भी अमृत बाणी हर हर तेरी, सुन सुन होवै परमगत मेरी। कदे असी उस लय दे विच जपजी साहब पढ़िया, मूल मंत्र पढ़िया कि अमृत बाणी समझ के साडे कन्नां विच इहदियां धुनां पहुंच जाण। बहुत घट गुरमुख प्यारे हैन विरले, ना ही घने फैल फकड़ संसार। जिहड़े गुरमुख प्यारे इस लय दे विच भी मैं अमृत दा आनंद चखना है, ते फिर जिहड़ी उह बाणी अपने मुख विचों पढ़दे ने, ते उस अमृत बाणी नूं कन्नां दे डूने बना के कन्नां दे राहीं उस अमृत दा आनंद लैंदे ने। ते महाराज कहिंदे जिहने इह आनंद लै लिया ना, फिर सुण सुण होवै परमगत मेरी। ख्याल करियो जदों आपां बाणी पढ़दे हां ना, बाणी पढ़दे हां, नितनेम करदे हां, बहुत वारी सानूं उदों पता लगदा भी बाणी पढ़ी गई। जपजी साहब दा सलोक पढ़िया गया ते मतलब जपजी साहब पढ़िया गया, पर विचों की पढ़िया, केड़ी पौड़ी कदों पढ़ी नहीं पता हुंदा। ते महाराज कहिंदे फिर अमृत बाणी दा रस नहीं जे आया तूं पढ़ ते लई, इस रस नूं लैणा चाहीदा। ते जिन्हां ने भाई जदों भी जिस उम्र विच भी इस अमृत रस नूं अपने कन्नां राहीं अपने हिरदे च प्रवेश कर लिया, ते इस अमृत बाणी दा फिर असर होणा है, वह बंदा अमर हुंदा है। ते फिर जिहड़ी गुरबाणी कहिंदी है इक ओंकार सतनाम करता पुरख, भी एक ही बाणी है जिहदा पसारा दुनिया विच उकदा है, ते इको ही करता है दुनिया विच जिहड़ा करनहार है, बाकी उसदे सेवक ने। ते फिर कहिंदे निरभाओ, जदों ये अमृत बाणी दा अमृत रस अमृत रूप हो के कन्नां दे राहीं ये शरीर विच जावेगा, ते फिर निरभाओ हो जाएगा, निरभाओ किसी दा डर रहेगा नहीं। ते जदों निरभाओ होया ते फिर निर्वैर हो जाएगा, निर्वैर वैर तो रहत हो जाएगा, ते ओ इन्ना निर्वैर हो जाएगा। फिर महाराज सच्चे पातशाह जी गुरबाणी विच इहदा खुलासा करदे ने, ना को मेरा दुश्मन रहया ना हम किसके बैराई, ब्रह्म पसार पसारियो भीतर सतगुर ते सोझी पाई। कहिंदे अकाल पुरख तो यह समझ प्राप्त हो गई कि कोई बगाना है ही नहीं, ते जदों बुराइयां देखण लगे आ साडा सुभा है, असी मनुख दीयां बुराइयां देखदे आ, ते वाकई जदों बुराइयां देखण लगांगे बहुत सारियां बुराइयां दिस पैणगियां, होर ढूंढण की कोशिश करांगे होर भी मिल जाणगे, क्योंकि परिपूर्ण तो है नहीं कोई। हजूर ने बाणी विच मोहर ला दित्ती, सब गुण किस ही नाहे हर पूर भंडारी है, कहिंदे इक्को एक अकाल पुरख भरिया होया भांडा है,
ਤੇ ਬਾਕੀ ਤੇ ਔਗਣਾਂ ਦੇ ਭਰੇ ਹੋਏ ਆ। ਤੇ ਜਦੋਂ ਔਗਣ ਦੇਖਣ ਲੱਗਾਂਗੇ ਨਾ ਫਿਰ ਔਗਣ ਦਿਸਦੇ ਨੇ। ਤੇ ਜੇ ਇਹ ਦ੍ਰਿਸ਼ਟੀ ਬਦਲ ਜਾਏ ਕਿਸੇ ਮਨੁੱਖ ਦੇ ਗੁਣ ਵੇਖਣ ਲੱਗ ਜਾਓ ਗੁਣ ਤੇ ਫਿਰ ਬਹੁਤ ਸਾਰੇ ਗੁਣ ਉਹ 'ਚ ਦਿਸਣਗੇ। ਤੇ ਜਦੋਂ ਹੋਰ ਗੌਹ ਨਾਲ ਤੱਕਾਂਗੇ ਉਹ 'ਚ ਹੋਰ ਵੀ ਗੁਣ ਦਿਸਣਗੇ। ਇਹ ਇੱਕ ਦ੍ਰਿਸ਼ਟੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਉਸ ਅਕਾਲ ਪੁਰਖ ਦੀ ਦ੍ਰਿਸ਼ਟੀ ਨੂੰ ਸਮਝ ਕੇ ਉਹ ਨਿਰਭਉ ਹੋ ਗਏ, ਨਿਰਵੈਰ ਹੋ ਗਏ। ਤੇ ਫਿਰ ਉਹਨਾਂ ਨੂੰ ਇਹ ਸਮਝ ਪੈ ਗਈ ਕਿ ਜਿਹੜੇ ਲੋਕ ਨਿੰਦਾ ਕਰਦੇ ਨੇ ਉਹ ਆਪਣਾ ਸਮਾਂ ਬਰਬਾਦ ਕਰ ਰਹੇ ਨੇ, ਉਹ ਭੁਲੇਖੇ ਵਿੱਚ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੰਨਾ ਕੀਮਤੀ ਜੀਵਨ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਅਸੀਂ ਕੀੜੇ ਮਕੌੜੇ ਬਣਦੇ ਰਹੇ, ਜੂਨੀਆਂ 'ਚ ਭੌਂਦੇ ਰਹੇ, ਅਤੇ ਫਿਰ ਕਿਤੇ ਅਕਾਲ ਪੁਰਖ ਦੀ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਹੋ ਗਈ ਅਤੇ ਅਸੀਂ ਮਨੁੱਖ ਬਣ ਗਏ। ਅਤੇ ਜਦੋਂ ਮਨੁੱਖ ਬਣ ਗਏ ਅਤੇ ਅਸੀਂ ਇਸ ਮਨੁੱਖਾ ਜਨਮ ਦੇ ਵਿੱਚ ਆਪਣੀ ਆਤਮਿਕਤਾ ਦੇ ਉੱਤੇ ਬਹੁਤ ਪਰਉਪਕਾਰ ਕਰ ਸਕਦੇ ਸਾਂ ਆਪਣੇ ਉੱਪਰ, ਕਿਉਂਕਿ ਉਪਕਾਰ ਕਰਨਾ ਬੜਾ ਔਖਾ ਹੈ। ਅਤੇ ਜੇ ਮਨੁੱਖ ਆਪਣੇ ਆਪ 'ਤੇ ਉਪਕਾਰ ਨਹੀਂ ਕਰ ਸਕਦਾ, ਆਪਣਾ ਭਲਾ ਨਹੀਂ ਕਰ ਸਕਦਾ, ਕਿਸੇ ਦਾ ਕਿਵੇਂ ਕਰੇਗਾ? ਸਾਨੂੰ ਪਤਾ ਹੈ ਕਿ ਸਾਡੀ ਇਹ ਮਸ਼ੀਨਰੀ, ਸਾਡਾ ਸਰੀਰ ਸਾਡੇ ਕੋਲ ਕਿਰਾਏ 'ਤੇ ਹੈ, ਪੱਕਾ 'ਤੇ ਹੈ ਨਹੀਂ, ਸਾਡੇ ਕੋਲ 'ਤੇ ਕਿਰਾਏ 'ਤੇ ਹੈ ਅਤੇ ਅਸੀਂ ਇਹਦੇ ਨਾਲ ਕਿਰਾਇਆ ਵਾਉਣਾ। ਅਤੇ ਜੇ ਤਾਂ ਭਾਈ ਅਸੀਂ ਸਮਝ ਗਏ ਕਿ ਕਿਰਾਇਆ ਵਾਹੁਣਾ ਕੀ ਆ, ਕਿਹੜੇ ਕਿਰਾਏ ਵਾਹੁਣ ਨਾਲ ਸਾਡਾ ਲਾਭ ਹੋਵੇਗਾ, ਅਤੇ ਫਿਰ ਤਾਂ ਗੁਰੂ ਕੇ ਸਿੱਖਾਂ ਨੂੰ ਸਮਝਣ ਵਾਸਤੇ ਬੜਾ ਕੁਝ ਦਿੱਤਾ ਮਹਾਰਾਜ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰਸਿੱਖਾ ਤੂੰ ਇੱਕ ਗੱਲ ਦਾ ਖਿਆਲ ਰੱਖੀ, ਮੈਂ ਇੱਥੇ ਬੇਨਤੀ ਕਰਾਂ, ਕੋਈ ਮਨੁੱਖ ਦੁਨੀਆਂ ਦਾ ਪੜ੍ਹਿਆ ਲਿਖਿਆ, ਕੋਈ ਪ੍ਰੋਫੈਸਰ, ਕੋਈ ਸਕਾਲਰ, ਕੋਈ ਡਾਕਟਰ ਇੰਜੀਨੀਅਰ, ਕੋਈ ਵਿਦਵਾਨ ਇਸ 'ਤੇ ਐਨਾਲਿਸਿਸ ਕਰ ਲਵੇ, ਇਹ 'ਤੇ ਪੜਚੋਲ ਕਰ ਲਵੇ ਕਿ ਜੇ ਅਸੀਂ ਗੁਰਮਤ ਨੂੰ ਧਾਰਨ ਕਰਦੇ ਹਾਂ, ਧਾਰਨ ਕਰਕੇ ਉਹਨੂੰ ਗ੍ਰਹਿਣ ਕਰਦੇ ਹਾਂ, ਉਹਦੇ 'ਤੇ ਚੱਲਦੇ ਹਾਂ, ਉਹਦਾ ਸਾਨੂੰ ਕੋਈ ਨੁਕਸਾਨ ਹੁੰਦਾ? ਸਭ ਤੋਂ ਪਹਿਲਾਂ ਸਾਨੂੰ ਕੋਈ ਫਿਜ਼ੀਕਲ ਸਰੀਰਕ ਤੌਰ 'ਤੇ ਕੋਈ ਨੁਕਸਾਨ ਹੁੰਦਾ, ਫਿਰ ਸਾਨੂੰ ਪਰਿਵਾਰਕ ਤੌਰ 'ਤੇ ਕੋਈ ਨੁਕਸਾਨ ਹੁੰਦਾ, ਫਿਰ ਭਾਈਚਾਰਕ ਤੌਰ 'ਤੇ ਕੋਈ ਨੁਕਸਾਨ ਹੁੰਦਾ, ਫਿਰ ਆਰਥਿਕ ਤੌਰ 'ਤੇ ਸਾਡਾ ਕੋਈ ਨੁਕਸਾਨ ਹੁੰਦਾ, ਅਤੇ ਫਿਰ ਧਾਰਮਿਕ ਤੌਰ 'ਤੇ ਕੋਈ ਨੁਕਸਾਨ ਹੁੰਦਾ। ਜਦੋਂ ਇਹ ਪੰਜ ਚੀਜ਼ਾਂ ਤੁਸੀਂ ਸੋਚ ਲਈਆਂ ਵੀ ਸਾਡਾ ਨੁਕਸਾਨ ਤਾਂ ਕੋਈ ਹੈ ਨਹੀਂ, ਅਤੇ ਫਿਰ ਇੱਕ ਗੱਲ ਸਮਝ ਵਿੱਚ ਪਵੇਗੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੂੰ ਤੇ ਲਾਭ ਹੀ ਲੈਣ ਆਇਆ ਨਾ, ਤੇ ਲਾਭ ਕਿੰਨਾ ਚੀਜ਼ਾਂ 'ਚ ਤੈਨੂੰ ਮਿਲ ਸਕਦਾ ਸੀ ਜਿਹਦੇ ਵਿੱਚ ਨਾ ਤੇਰੀ ਬਦਨਾਮੀ, ਨਾ ਤੇਰਾ ਖਰਚਾ, ਨਾ ਤੈਨੂੰ ਕੋਈ ਬਿਮਾਰੀ, ਨਾ ਤੇਰੀ ਕੋਈ ਨਿੰਦਾ। ਬਲਕਿ ਮਹਾਰਾਜ ਨੇ ਕਹਿ ਤਾ, ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ, ਜਹਾਨ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ। ਅਤੇ ਸਤਿਗੁਰੂ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰਸਿੱਖਾ ਤੂੰ ਜੇ ਬਹੁਤਾ ਕੁਝ ਨਹੀਂ ਨਾ ਕਰ ਸਕਦਾ, ਇੱਕ ਗੱਲ ਦਾ ਖਿਆਲ ਰੱਖੀ ਕਿ ਤੂੰ ਗੁਰੂ ਕਾ ਸਿੱਖ, ਗੁਰੂ ਕਾ ਸਿੱਖ, ਸਿੱਖ ਹੋਣਾ ਬੜਾ ਔਖਾ ਹੈ। ਅਸੀਂ ਤਾਂ ਵੱਡੀਆਂ ਵੱਡੀਆਂ ਉਪਾਧੀਆਂ ਲਾ ਲੈਂਦੇ ਨਾ, ਮਰਾਤਬੇ ਲਾ ਲੈਂਦੇ, ਮੈਂ ਫਲਾਨਾ, ਉਹ ਤੋਂ ਹੀ ਵੱਡਾ, ਵੱਡੇ ਵੱਡੇ ਪੋਸਟਰ ਅਖਬਾਰਾਂ 'ਚ ਵੱਡੀਆਂ ਖਬਰਾਂ ਹੋਣ 'ਤੇ ਮਨ ਨੂੰ ਸਕੂਨ ਆਉਂਦਾ ਵੀ ਮੇਰਾ ਵੱਡਾ ਨਾਂ ਆ ਗਿਆ, ਮੇਰੀ ਸਹੀ ਥਾਂ 'ਤੇ ਫੋਟੋ ਲੱਗ ਗਈ। ਪਰ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ, ਜੇ ਤੂੰ ਸਿੱਖ ਬਣ ਜਾਵੇਂ ਨਾ ਸਿੱਖ, ਤੇ ਤੂੰ ਆਪਣੀ ਇਸ ਜ਼ਿੰਦਗੀ ਦਾ ਮਨੋਰਥ ਪੂਰਾ ਕਰ ਲਿਆ, ਸਿੱਖ ਹੀ ਬਣ ਜਾਏ, ਸੰਤ ਬਾਨਾ, ਬ੍ਰਹਮ ਗਿਆਨੀ ਬਾਨਾ, ਇਹ ਤੇ ਵੱਡੀਆਂ ਗੱਲਾਂ ਨੇ, ਬਹੁਤ ਵੱਡੀਆਂ, ਇਹਦੇ 'ਤੇ ਘਾਲਣਾ ਘਾਲਣੀਆਂ ਪੈਂਦੀਆਂ ਨੇ। ਪਰ ਜੇ ਗੁਰਸਿੱਖ ਹੀ ਬਣ ਜਾਏ, ਕਿਉਂਕਿ ਅਸੀਂ ਬਾਈ ਬਰਥ ਸਿੱਖ ਹਾਂ, ਸਿੱਖ ਹੋਣਾ ਹੋਰ ਚੀਜ਼ ਹੈ, ਕਿਉਂਕਿ ਸਿੱਖਾਂ ਦੇ ਘਰੇ
साडे माता पिता दे संबंध नाल साडा जन्म हो गया ते असीं उत्थे साडे माता पिता दा नाम हो गया वी फलाने दे घरे आ पुत्तर जम्मिया पुत्तर वड्डा होया उहदा नाम सिंह पै गया ਇਹ ਸਿੱਖ ਹੈ ਪਰ ਗੁਰਸਿੱਖ ਉਹ ਇਹ ਤੋਂ ਵੱਖਰਾ ਹੈ ਜਦੋਂ ਅਸੀਂ ਗੁਰਸਿੱਖੀ ਧਾਰਨ ਕਰ ਲਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਸਿੱਖੀ ਨੂੰ ਧਾਰਨ ਕੀਤਾ ਫਿਰ ਅਸੀਂ ਗੁਰਸਿੱਖ ਤੇ ਜੇ ਭਾਈ ਗੁਰਸਿੱਖ ਬਣ ਗਏ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਮੰਜ਼ਿਲ ਤੇ ਪਹੁੰਚ ਗਏ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰਸਿੱਖ ਕਿਵੇਂ ਬਣੇਗਾ ਤੂੰ ਕਹੀ ਜਾ ਮੈਂ ਗੁਰੂ ਕਾ ਸਿੱਖ ਹੈ ਇਹਦੇ ਨਾਲ ਤਾਂ ਨਹੀਂ ਬਣ ਸਕਦਾ ਸਤਿਗੁਰੂ ਜੀ ਫਰਮਾਉਂਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਕਹਿੰਦੇ ਭਾਈ ਜਿਹੜਾ ਗੁਰੂ ਕਾ ਸਿੱਖ ਹੈ ਨਾ ਆਪਣੇ ਆਪ ਨੂੰ ਖਵਾਉਂਦਾ ਵੀ ਮੈਂ ਗੁਰੂ ਦਾ ਸਿੱਖ ਹਾਂ ਤਾਂ ਉਹ ਫਿਰ ਸਵੇਰੇ ਉੱਠ ਕੇ ਨਾਮ ਜਪੇ ਵਾਹਿਗੁਰੂ ਦਾ ਸਿਮਰਨ ਕਰੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਫਿਰ ਪ੍ਰਭਾਤ ਵੇਲਾ ਹੋਵੇ ਅੰਮ੍ਰਿਤ ਵੇਲਾ ਹੋਵੇ ਉਦੋਂ ਉਦਮ ਕਰੇ ਕਿਉਂਕਿ ਉਹ ਸਮਾਂ ਇਹੋ ਜਿਹਾ ਗੁਰੂ ਸਾਹਿਬ ਨੇ ਐਵੇਂ ਨਹੀਂ ਲਿਖਿਆ ਉਹ ਸਮਾਂ ਇਹੋ ਜਿਹਾ ਜਦੋਂ ਆਲਸ ਵੱਧ ਪੈਂਦਾ ਜਦੋਂ ਦਲਿੱਦਰ ਦਾ ਬਹੁਤਾ ਜ਼ੋਰ ਪਿਆ ਹੁੰਦਾ ਕਹਿੰਦੇ ਉਹਨੂੰ ਫਿਰ ਤਜ ਕੇ ਜੇ ਤੂੰ ਉਹਨੂੰ ਜਿੱਤ ਜਾਵੇਂ ਉਦਮ ਕਰ ਲਵੇ ਤੇ ਫਿਰ ਇਸ਼ਨਾਨ ਕਰਕੇ ਬਾਣੀ ਨਾਲ ਜੁੜ ਜਾਏ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ ਕਿ ਤੂੰ ਵਾਹਿਗੁਰੂ ਜਪੀ ਤੇ ਫਿਰ ਕੀ ਹੋਵੇਗਾ ਭਾਈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ ਜਿਨ੍ਹਾਂ ਗੱਲਾਂ ਦਾ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ ਇਸ ਜਨਮ ਦੇ ਵਿੱਚ ਵੀ ਜਿਹੜੀਆਂ ਅੱਜ ਤੋਂ 20-30 ਸਾਲ ਗੱਲਾਂ ਪਹਿਲਾਂ ਪੁਰਾਣੀਆਂ ਬਹੁਤ ਭੁੱਲ ਗਏ ਨਹੀਂ ਚੇਤੇ ਕਿਉਂਕਿ ਮਨੁੱਖ ਦੀ ਮੈਮਰੀ ਇੰਨੀ ਸ਼ਾਰਪ ਨਹੀਂ ਕਿ ਅਸੀਂ ਜੋ ਕੁਝ ਵੀ ਕੀਤਾ ਸਾਨੂੰ ਯਾਦ ਹੋਵੇ ਪਰ ਜਿਹੜਾ ਇਹ ਪਿਛਲੇ ਜਨਮਾਂ 'ਚ ਕੀਤਾ ਉਹ ਤਾਂ ਬਿਲਕੁਲ ਹੀ ਨਹੀਂ ਪਤਾ ਤੇ ਸਤਿਗੁਰੂ ਜੀ ਕਹਿੰਦੇ ਜੇ ਤੂੰ ਇਸ ਜਾਪ ਨਾਲ ਗੁਰਬਾਣੀ ਨਾਲ ਜੁੜ ਗਿਆ ਤੇ ਫਿਰ ਤੇਰੇ ਜਨਮਾਂ ਜਨਮਾਂਤਰਾਂ ਦੇ ਹੀ ਇਹ ਰੋਗ ਉਤਰ ਜਾਣ ਮਨੁੱਖਾ ਜਨਮ ਦਾ ਲਾਭ ਹੀ ਇਹ ਹੈ ਕਿ 84 ਲੱਖ ਜੂਨਾਂ ਦੇ ਵਿੱਚੋਂ ਜੋ ਤੂੰ ਕੋਈ ਔਗਣ ਉਪਦਰਵ ਕੀਤੇ ਨੇ ਉਸ ਸਲੇਟ ਨੂੰ ਸਾਫ ਕਰਨ ਵਾਸਤੇ ਤੇਰੇ ਕੋਲ ਸਮਾਂ ਮਿਲ ਗਿਆ ਇਹ ਤੇਰੀ ਅਵਸਰ ਇਹ ਤੇਰੀ ਵਾਰ ਘੱਟ ਭੀਤਰ ਤੂੰ ਦੇਖ ਵਿਚਾਰ ਕਹਿੰਦੇ ਭਾਈ ਹੁਣ ਤੂੰ ਵਿਚਾਰ ਕਰਕੇ ਦੇਖ ਲਾ ਆਪਣੇ ਹਿਰਦੇ ਚ ਵਿਚਾਰ ਲਾ ਤੇ ਹਜ਼ੂਰ ਦਾ ਹੁਕਮ ਕਹਿੰਦੇ ਜੇ ਹੁਣ ਤੂੰ ਇਹਨਾਂ ਭਰਮਾਂ ਭੁਲੇਖਿਆਂ ਵਿੱਚ ਰਿਹਾ ਆਪਣਾ ਭਜਸ ਕਬ ਭਾਈ ਆਵਾ ਅੰਤ ਨਾ ਭਜਿਆ ਜਾਈ ਫਿਰ ਕਹਿੰਦੇ ਜਿਹੜਾ ਸਮਾਂ ਨੇੜ ਨੂੰ ਆ ਰਿਹਾ ਨਾ ਉਦੋਂ ਫਿਰ ਇਹ ਸਿਮਰਿਆ ਨਹੀਂ ਜਾਣਾ ਤੇ ਸਤਿਗੁਰੂ ਜੀ ਨੇ ਇੱਥੇ ਇੱਕ ਮੋਹਰ ਲਾਈ ਕਿ ਗੁਰੂ ਕੇ ਸਿੱਖੋ ਜੇ ਚਾਹੁੰਦੇ ਆ ਸੰਸਾਰ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਸੁੱਖ ਮਿਲੇ ਜੇ ਚਾਹੁੰਦੇ ਆ ਸਮਾਜ ਵਿੱਚ ਵੀ ਦੁਨੀਆਂ ਵਿੱਚ ਵੀ ਸਾਡੀ ਸੋਭਾ ਹੋਵੇ ਤੇ ਫਿਰ ਇੱਕ ਦਰ ਹੈਗਾ ਜੇ ਤੁਸੀਂ ਉਸ ਦਰ ਨਾਲ ਜੁੜ ਜਾਓ ਤੇ ਫਿਰ ਅਵਸ਼ ਇਹ ਦੋਵੇਂ ਗੱਲਾਂ ਹੋਣਗੀਆਂ ਸੰਸਾਰ ਵਿੱਚ ਸੁੱਖ ਵੀ ਮਿਲੇਗਾ ਸੋਭਾ ਵੀ ਮਿਲੇਗੀ ਆਓ ਸਾਰੇ ਗੱਜ ਕੇ ਧਾਰਨਾ ਪੜਿਓ ਫਿਰ ਮਹਾਂਪੁਰਖਾਂ ਬਾਰੇ ਕੁਝ ਵਿਚਾਰਾਂ ਕਰਾਂਗੇ ਸਾਰੀ ਸੰਗਤ ਗੱਜ ਕੇ ਬੋਲਿਓ ਭਾਈ ਢਿੱਲਾ ਜਾ ਨਾ ਬੋਲਿਓ ਕਿਉਂਕਿ ਉਸ ਮਹਾਂਬਲੀ ਯੋਧੇ ਜਿਹਨੇ ਦੁਨੀਆਂ ਵਿੱਚ ਧੁੰਮਾਂ ਪਾਈਆਂ ਦਿੱਲੀ ਦੀਆਂ ਕੰਧਾਂ ਹਲਾਤੀਆਂ ਆਪਾਂ ਉਹਨਾਂ ਦੀ ਯਾਦ 'ਚ ਬੈਠੇ ਹਾਂ ਢਿੱਲਾ ਜਾ ਨਾ ਬੋਲਿਓ ਸਤਿਗੁਰੂ ਦੀ ਬਾਣੀ ਸਾਨੂੰ ਇਹ ਉਪਦੇਸ਼ ਦਿੰਦੀ ਹੈ ਕਿ ਜੇ ਤੂੰ ਇਸ ਦਰ ਨਾਲ ਜੁੜ ਜਾਵੇਂ ਤਾਂ ਤੈਨੂੰ ਸੋਭਾ ਵਡਿਆਈ ਸੁੱਖ ਸ਼ਾਂਤੀ ਤੇਰੀਆਂ ਝੋਲੀਆਂ ਭਰ ਦੇਵੇ ਆਇਓ ਸਰਨ ਤੋਂ ਸਤਿਗੁਰ ਆਇਓ ਸਰਨ ਤੋਂ।
सतगुर आयो शरण तुम्हारी, आयो शरण तुम्हारी, 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 सतगुर आयो शरण तुम्हारी, सतनाम वाहेगुरु, सतनाम वाहेगुरु, सतनाम वाहेगुरु, सतनाम वाहेगुरु, सतनाम वाहेगुरु, सतनाम वाहेगुरु, आयो शरण तुम्हारी सतगुर आयो शरण तुम्हारी, आयो शरण तुम्हारी सतगुर आयो शरण तुम्हारी, मिले सुख नाम हर शोभा, मिले सुख नाम हर शोभा, चिंता लाहे हमारी सतगुर आयो शरण तुहारी, आयो शरण तुहारी, सतगुर आयो शरण तुहारी, लेखा छोड़ अलेखा छूट, लेखा छोड़ अलेखा छूट, लेखा छोड़ अलेखा छूट, लेखा छोड़ अलेखा छूट, हम निर्गुण लेहो ओवारी सतगुर आयो शरण तुहारी, आयो शरण तुहारी, सतगुर आयो शरण तुहारी, आयो शरण तुहारी, आयो शरण तुहारी, सतगुरु धन गुरु ग्रंथ साहिब सच्चे पातशाह गुरसिख नूं आवाज दिंदे ने कि गुरसिख तूं जे इस शरण विच आ जावे ते इह शरण इहो जी शरण है जो शरण आवै तिस कंठ लावै, इह बिरद स्वामी संदा, ते जदों इह शरण विच आया इत्थे दी संगत विच आ के तूं देखिया इत्थे ते बहुत सारे अमृतधारी गुरु के सिख ने, नाम जपन वाले ने, सुखमनी साहब पढ़न वाले ने, तेरे नाम दे इस जिहड़े मन दे विच फुरने ने, तौखले ने, भुलेखे ने, उन्हां दी रंगत बदल जाएगी। ते फिर महाराज कहिंदे जदों इस शरण नूं ग्रहण कर लिया ना फिर मिलै सुख नाम हर शोभा, कहिंदे परमात्मा तेरियां झोलियां भरेगा सुख नाल, शोभा नाल, वड्याई नाल, ते सदीवी सुख प्राप्त हो जाएगा। ये सतगुरु दी शरण दा लाभ है। जदों असीं इस शरण नूं पछाण लांगे ना ते शरण आउण दा तरीका कलगी धर्म महाराज ने दस्सिया कि भाई जिहड़ा गुरु नानक दा सिख है उन्हें जे गुरु दी शरण ग्रहण करनी है तां उहनूं किसे कच्चियां पिल्लियां दे डेरियां ते जाण दी लोड़ नहीं। ਉਹ ਤਾਂ ਜੋ ਸਾਨੂੰ ਹੁਕਮ ਹੋਇਆ ਹੈ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਪ੍ਰਗਟ ਦੇ ਹੈ। ਤੇ ਗੁਰੂ ਨੂੰ ਗ੍ਰਹਿਣ ਕਰਨ ਵਾਸਤੇ ਕਹਿੰਦੇ ਭਾਈ ਜ਼ਰੂਰੀ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਕਲਗੀਧਰ ਮਹਾਰਾਜ ਨੇ ਆਪ ਅੰਮ੍ਰਿਤ ਛਕਿਆ ਨਾ, ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮਾਮੇ ਦੇ ਪੁੱਤਰਾਂ ਨੂੰ ਅੰਮ੍ਰਿਤ ਛਕਾਇਆ, ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਇਆ, ਮਾਤਾ ਜੀ ਨੂੰ ਅੰਮ੍ਰਿਤ ਛਕਾਇਆ। ਕਾਰਨ ਸੀ
कि सानू कोई भुलेखा ना रह जावे भी मैं ते बड़ा वधिया सच्चा सुच्चा इंसान हाँ, मैनू अमृत छकन की की लोड़ है, मैं बड़ा वड्डा जथेदार हाँ, मैनू अमृत छकन की लोड़ नहीं नहीं। ये भुलेखे कढ़ने सी, इसलिए महाराज ने सब तो पहला पंजा प्यारे नू त्यार बरत्यार करके उन्हां नू अमृत छका के सब तो पहला अमृत ही आप छकिया कलगीधर ने। ते फिर महाराज ने हुक्म कर दिता कि जेड़ा अमृत छक के गुरु का खालसा बन जाएगा वह फिर मेरा ही रूप है, खालसा मेरो रूप है खास, खालसे हो मैं करूं निवास, खालसा मेरा सज्जन सूरा, खालसा मेरा सतगुर पूरा, खालसा मेरी जान की जान, खालसा मेरो पिंड प्राण। ते महाराज कहते जब लग खालसा रहे न्यारा तब लग तेज दियो मैं सारा, जाबे गह विपरण की रीत मैं ना करूं इनकी प्रतीत। कहिंदे भाई जदों तक तू आप दियां खालसा ही निशानियां खालसा ही तेज प्रताप प्रचंड रखेगा उदों तक तेरे नाल मैं, तू कोई फिक्र ना करी। आपां इतिहास पढ़िया ना जिहड़े खालसे कलगीधर पातशाह दा खंडे दा अमृत छके त्यार बरत्यार गुरु की बाणी ते भरोसा रखण वाले वह दो ही सिख गरजा सिंह ते बोता सिंह हिंद की हुकूमत का राह रोक लेंदे ने। उन्हां च इन्नी ताकत है जिन्हां ने खंडे का अमृत छकिया गुरु ते भरोसा रखिया। साध सिंह जी ये गुरु की बाणी का गुरु के नाम का गुरु के अमृत का यह प्रभाव है। इन्हां सारियां मंजलां दे विच दी संत जरनैल सिंह जी खालसा लंघे। सब तो पहला नाम सिमरन शुरू कीता, नाम सिमरन बाणी पढ़नी नाम जपना, ते फिर इत्थे बस नहीं जदों जत्थे विच गए दमदमी टकसाल विच सचखंड वासी महापुरख ब्रह्म ज्ञानी तत्वेते महापुरख जिन्हां ने असल विच उदों ही परख कर लई सी कि आ इक कोहनूर हीरा है सिख कौम दे विच जिहनूं सांभण दी लोड़ है। उह संत ज्ञानी गुरबचन सिंह जी खालसा पिंडरां वाले महापुरख सतकारयोग स्वर्गवासी बाबा जोगिंदर सिंह जी पासों मंग के लै गए कि आ पुत्र अपना तुसीं सानूं दे दो, चले गए। ते मन विच कदे भी नहीं आया कि मैनूं ते खास तौर ते मेरे पिता जी नूं कह के मेरे मैनूं मंग के लियाए आ, ये नहीं मन विच रखिया। फिर जिथे ड्यूटी लगी उत्थे सेवा निभाई, असीं वेख्या होर भी आ भाई गुरमेल सिंह बैठे आ होर जत्थे दे सिंघ अपने पिंड दे असीं अठ सिंघ हुंदे सी जत्थे दे विच, ते असीं वेखना सब दे पहला आसन लवाउणे सौण दा प्रबंध करना सारे जत्थे दा, ते जे कोई आसन बचना ते लै लैना नहीं आप किते ना किते बोरी विछा के थले ही पै जाणा। ते फिर जत्थे दा पड़ा बदलना सारे सिंघां दे आसनां ते जाणा, किसी दी खड़ां भुल गई, किसी दी रेल भुल गई, किसी दी पोथी भुल गई, किसी दा चोला भुल गया, वह इकट्ठे करने अगले पड़ा ते जाके देने भी सिंघां तूं आ भुलिया सी। ते फिर अमृत छकाउण दी सेवा विच महापुरख संत बाबा करतार सिंह जी खालसा जी ने लाता भी तुसीं भाई अमृत छकाउण दी सेवा च लगो। फिर अमृत छकाउण वाले जिन्ने सिंघ नाल साथी सिंघ पंज प्यारे हुंदे उन्हां दी विशेष ड्यूटी लाउणी भी अमृत छकाउण दी जिहड़ी सेवा है ना ये कलगीधर महाराज की सेवा, ये मनुख की सेवा नहीं। तो उन्हें सानू कहना भी तुसी जे मेरे नाल लगना ना अमृत छकाउण तो घट्टो घट अपने नितनेम तो अलावा 25 पाठ जपजी साहब दे रोज करो। ये नहीं कि उस दिन करो जिस दिन तुसी अमृत छकाउणा है, रोज रोजाना नितनेम तो अलावा 25 पाठ करो तो आपां पंजां प्यारां च लगन दे हकदार बनदे। जे ये तो बंद कर लवो तो फिर तो बहुत ही चंगा है, घटो घट इन्ने करो उन्हें इन्ने कराने
चार पांच जत्थे होंदे सी भाव पंद्रह भी पंजी सिंह उन्हां सब दी ड्यूटी होंदी सी पंजी पंजी पाठ तुसी रोज जपजी साहब जी दे करने अपने नितनेम तों इलावा अपनी संथ्या करन तों इलावा ते जत्थे विचों लगी सेवा क्योंकि हर सिंह दी सेवा लगदी सी कोई लंगर पकाउंदा सी कोई वरताउंदा सी कोई भांडे मांजदा सी दो दो तीन तीन घंटे ये सेवा सी ते फिर अखंड पाठ साहब चलदे सी उत्थे रौलां लगदियां सी कई बार सोचना क्योंकि आम पिंडा विच जाने चिट्टे चोले पाए होने पोथियां प्रकाश करनी कथा सुननी जिन्हां जिवें तुसीं सजे होए आए सजे होना ते साडे वर्गियां नूं वेख के कहना भी आ जमा वेले रहिंदे आ इन्हां नूं चंगा खाण पीण नूं मिलदा है ते रहना सारा दिन वेले ते महापुरखां ने कहना कि भाई जिन्हूं ये शंका है ना भी आ जथे दे सिंघ वेले ही आ ते तुसीं अठ क दिन साडे नाल जथे च रहो ਤੁਹਾਨੂੰ ਪਤਾ ਲੱਗੇ ਵੀ ਅਸੀਂ ਕਿੰਨੇ ਕੁ ਵਿਹਲੇ ਹਾਂ ਭਾਵ ਸੰਤ ਜਰਨੈਲ ਸਿੰਘ ਨੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਦੀ ਨਿਗਾਹ ਤੋਂ ਇਲਾਵਾ ਵੀ ਸਿੰਘਾਂ ਉੱਪਰ ਨਿਗਾਹ ਰੱਖਣੀ ਕਿ ਇਹਨਾਂ ਇਹਨਾਂ ਸਿੰਘਾਂ ਨੂੰ ਆਹ ਡਿਊਟੀਆਂ ਦੇਣੀਆਂ ਇਹਨਾਂ ਡਿਊਟੀਆਂ ਵਿੱਚ ਲਾਉਣਾ ਹੈ ਇੰਨੀਆਂ ਸਾਰੀਆਂ ਡਿਊਟੀਆਂ ਨਿਭਾਉਂਦੇ ਹੋਏ ਦੋ ਟਾਈਮ ਕਥਾ ਸੁਣਨੀ ਕਥਾ ਵਿਚਾਰਨੀ ਤੇ ਸਾਡੀ ਸੰਥਿਆ ਉਹਨਾਂ ਕੋਲੇ ਹੁੰਦੀ ਸੀ ਅਸੀਂ ਸਤ ਸਿੰਘ ਸੀ ਜਿਹਨਾਂ ਦੀ ਸੰਥਿਆ ਉਹ ਕਰਾਉਂਦੇ ਹੁੰਦੇ ਸੀ ਆਪ ਤੇ ਸਾਨੂੰ ਇਹ ਹੁਕਮ ਸੀ ਉਹਨਾਂ ਦਾ ਵੀ ਤੁਸੀਂ ਮੈਨੂੰ ਇਹ ਨਹੀਂ ਵੇਖਣਾ ਕਿ ਹੁਣ ਕਵੇਲਾ ਹੋ ਗਿਆ ਰਾਤ ਬਹੁਤ ਚਲੀ ਗਈ ਹੈ ਜਦੋਂ ਵੀ ਆਪਾਂ ਕਿਸੇ ਪੜਾਅ ਤੋਂ ਆਉਣਾ ਹੈ ਜਾਂ ਅੰਮ੍ਰਿਤ ਸੰਚਾਰ ਤੋਂ ਵਾਪਸ ਮੁੜਨਾ ਹੈ ਤਾਂ ਤੁਸੀਂ ਉਸੇ ਵੇਲੇ ਮੈਨੂੰ ਕਹਿਣਾ ਕਿ ਮੇਰੀ ਸਾਡੀ ਸੰਥਿਆ ਕਰਾਓ ਤੇ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਸੌ ਇੱਕ ਪਾਠ ਵੀ ਆਪਣਾ ਕਰਨਾ ਜਪਜੀ ਸਾਹਿਬ ਜੀ ਦਾ ਇੱਕ ਸੌ ਇੱਕ ਪਾਠ ਰੋਜ਼ ਕਰਨਾ ਤੇ ਇੱਕ ਵਾਰੀ ਘਰ ਦੀ ਗੱਲ ਹੈ ਜਿਸ ਦਿਨ ਸੰਤਾਂ ਦਾ ਵਿਆਹ ਹੋਇਆ ਤੇ ਕੁਦਰਤੀ ਸੀ ਵੀ ਸੰਤਾਂ ਦੇ ਵਿਆਹ ਤੇ ਉੱਪਰ ਹੁਣ ਸਾਰੇ ਰਿਸ਼ਤੇਦਾਰ ਮਾਮੇ ਭੂਆ ਦੇ ਪੁੱਤਰ ਤੇ ਸਾਰੇ ਭਰਾ ਤੇ ਕੁਝ ਅਸੀਂ ਜਿਹੜੇ ਬਰਾਬਰ ਜੇ ਦੇ ਭਤੀਜੇ ਸੀ ਉਹ ਵੀ ਨਾਲੇ ਹੀ ਵਿਆਹ ਕੇ ਸ਼ਾਮ ਨੂੰ ਜਦੋਂ ਵਾਪਸ ਪਰਤੇ ਨਾ ਤੇ ਸੰਤ ਇਕੱਲੇ ਖੜੇ ਕਿੱਕਰ ਜੀ ਥੱਲੇ ਹਨੇਰਾ ਜਿਹਾ ਹੋ ਚੱਲਿਆ ਦਿਨ ਛਪਾ ਜਿਹਾ ਗਰਮੀਆਂ ਦੇ ਦਿਨ ਸੀ ਹਾੜ 'ਚ ਵਿਆਹ ਸੀ ਉਹਨਾਂ ਤੇ ਅਸੀਂ ਸਾਰੇ ਭੱਜੇ ਫਿਰੀਏ ਬੱਚਿਆਂ ਦੇ ਨਾਲ ਖੇਡਦੇ ਤੇ ਮੇਰੀ ਭੱਜੇ ਜਾਂਦੇ ਦੀ ਬਾਂਹ ਫੜ ਲਈ ਕਹਿੰਦੇ ਮੇਰੀ ਗੱਲ ਸੁਣ ਮੈਂ ਕਿਹਾ ਮੈਂ ਸੁਣਦਾ ਜਦੋਂ ਬਾਂਹ ਪੋਲੀ ਜੀ ਕੀਤੀ ਮੈਂ ਫਿਰ ਛਡਾ ਕੇ ਭੱਜ ਗਿਆ ਦੂਜੇ ਗੇੜੇ ਫੇਰ ਫੜ ਲਿਆ ਮੈਨੂੰ ਕਹਿੰਦੇ ਤੈਨੂੰ ਕਿਹਾ ਮੇਰੀ ਗੱਲ ਸੁਣ ਤੇ ਮੈਨੂੰ ਹੋਰ ਪਰੇ ਨੂੰ ਲੈ ਗਏ ਮੈਂ ਕਿਹਾ ਜੀ ਦੱਸੋ ਕਹਿੰਦੇ ਵੀ ਮੈਂ ਬਹੁਤ ਖੁਸ਼ ਹਾਂ ਅੱਜ ਹੁਣ ਇੱਕ ਤੋਂ ਬਚਪਨ ਸੀ ਇੱਕ ਇਹਨਾਂ ਗੱਲਾਂ ਦਾ ਪਤਾ ਵੀ ਨਹੀਂ ਸੀ ਮੈਨੂੰ ਕਹਿੰਦੇ ਬਹੁਤ ਖੁਸ਼ ਹੈ ਮੈਂ ਕਿਹਾ ਚਾਚਾ ਤੇਰਾ ਵਿਆਹ ਹੋਇਆ ਤੂੰ ਖੁਸ਼ ਤਾਂ ਹੋਏਗਾ ਜੀ ਕਹਿੰਦੇ ਨਹੀਂ ਇਹ ਨਹੀਂ ਗੱਲ ਤੂੰ ਮੇਰੀ ਗੱਲ ਸਮਝਿਆ ਹੀ ਨਹੀਂ ਮੈਂ ਕਿਹਾ ਦੱਸੋ ਕਹਿੰਦੇ ਮੈਨੂੰ ਰਾਤ ਤੋਂ ਹੀ ਥੋੜ੍ਹਾ ਜਿਹਾ ਫਿਕਰ ਸੀਗਾ ਵੀ ਜਿੰਨਾ ਰਿਸ਼ਤੇਦਾਰਾਂ ਨੇ ਆਉਣਾ ਹੈ ਖਾਸ ਕਰਕੇ ਕਹਿੰਦੇ ਡਾਲੇ ਵਾਲੇ ਆਉਣਗੇ ਕੋਕਰੀ ਵਾਲੇ ਆਉਣਗੇ ਪੱਖੋਪੁਰ ਵਾਲੇ ਆਉਣਗੇ ਕਹਿੰਦੇ ਸਾਰੇ ਹੀ ਅਸੀਂ ਇਕੱਠੇ ਹੀ ਰਹੇ ਹਾਂ ਅਤੇ ਸਾਰਿਆਂ ਨੇ ਮੇਰੇ ਨਾਲ ਮਿਲਣਾ ਜੁਲਣਾ ਬਹਿਣਾ ਉੱਠਣਾ ਹੈ ਅਤੇ ਹਰ ਇੱਕ ਨੇ ਮੇਰਾ ਹੀ ਹਾਲ ਚਾਲ ਪੁੱਛਣਾ ਗੱਲਾਂ ਬਾਤਾਂ ਕਰਨੀਆਂ ਅਤੇ ਮੇਰੇ ਕੋਲੋਂ ਨਿਤਨੇਮ ਰਹਿ ਜਾਣਾ ਅੱਜ ਪੂਰੀ ਤਰ੍ਹਾਂ ਹੋਣਾ ਨਹੀਂ ਪਰ ਕਹਿੰਦੇ ਐਸੀ ਕਲਗੀਧਰ ਮਹਾਰਾਜ ਦੀ ਕਿਰਪਾ ਹੋਈ ਕਹਿੰਦੇ ਮੈਂ ਹੁਣ ਤੱਕ 101 ਪਾਠ ਜਪਜੀ ਸਾਹਿਬ ਦਾ ਕਰ ਲਿਆ ਮੈਂ ਕਿਹਾ ਤੁਸੀਂ ਫਿਰ ਕਿਵੇਂ ਕਰ ਲਿਆ ਕਹਿੰਦੇ 20 ਪਾਠ ਤੇ ਮੈਂ ਉੱਥੇ ਹੀ ਕਰ ਲਏ ਸੀ ਜਦੋਂ ਧਰਮਸ਼ਾਲਾ 'ਚ ਬਰਾਤ ਉਤਰੀ ਨਾ ਜਾ ਕੇ ਅਤੇ ਆਂਦੇ ਸੰਤ ਕਿਰਪਾਲ ਸਿੰਘ ਮਹਾਂਪੁਰਖ ਇਹ ਵੀ ਬਰਾਤ 'ਚ ਗਏ ਸੀਗੇ ਇਹ ਬੈਠੇ ਬਾਬਾ ਕਾਹਨ ਸਿੰਘ ਹੋਣੀ ਬੈਠੇ ਬਾਬਾ ਜੀ ਹੋਣੀ ਬੈਠੇ ਕਹਿੰਦੇ ਇਹਨਾਂ ਦੇ ਕੋਲੇ ਮੈਂ ਬਹਿ ਗਿਆ ਵੀ ਇਹਨਾਂ ਕੋਲ ਤਾਂ ਘੱਟ ਹੀ ਆਉਣਗੇ ਗੱਲਾਂ ਕਰਨ ਵਾਲੇ ਅਤੇ ਕਹਿੰਦੇ 20 ਕੁ ਤਾਂ ਮੈਂ ਉੱਥੇ ਕਰ ਲਏ ਸੀ ਫਿਰ ਕਹਿੰਦੇ ਜਦੋਂ ਵੀ ਸਮਾਂ ਲੱਗਾ ਮਹਾਰਾਜ ਨੇ ਅਸੀਂ ਕਿਰਪਾ ਕੀਤੀ ਕਹਿੰਦੇ ਸਾਰਾ ਨਿਤਨੇਮ ਮਹਾਰਾਜ ਨੇ ਸਮੇਂ ਸਿਰ ਕਰਵਾ ਲਿਆ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਸਤਿਸੰਗ ਜੀ ਆਪਾਂ ਵਿਚਾਰੋ
दुनिया च किन्ने क मनुख इहो जिहे नौजवान होणगे जिन्हां नूं अपने विआह वाले दिन भी अपने विआह नालों नितनेम दी नितनेम कर लैण दी खुशी होवेगी मन विच वी मैं नितनेम कर लिया बड़ी खुशी है मैनूं कलगीधर महाराज दा शुकराना है कि मेरा नितनेम पूरा हो गया। ये विलखण व्यक्ति हुंदे ने ये दाता हुंदियां अकाल पुरख वालों मिलियां किसी किसी मनुख दे विच हुंदियां है ते साध संगत जी ऐसे मनुख नूं फिर जिथे हर पासे गरीबी भी वेखी चंगे हालात भी वेखे पर एक टक भरोसा रखिया महाराज की बाणी ते अकाल पुरख वाहिगुरु ते पूर्ण भरोसा रखिया ते फिर जिस दिन संत बाबा करतार सिंह जी खालसा महापुरखां दा एक्सीडेंट हो गया ना उस दिन भी असीं घरे सी दिन छपा जिहा होया ते बाबा भान सिंह डेमरू वाले उह सुनेहा दे गए कि संत करतार सिंह होणा दा एक्सीडेंट हो गया ते मैनूं संत कहिंदे भी आपां हुणे ही चलना असीं उस वेले गए नेरा हो गया सी सानूं पहुंचदिआं नूं लुधियाणे जदों असीं मिसबरून हस्पताल विच पहुंचे ते जदों संतां दे जाके चरणां वाले पासे खड़ो के नमस्कार कीती ना ते संतां ने झाक के संत बाबा करतार सिंह खालसा जी ने वेख के अपना हथ चक के फतेह बुलाई सिंह सारे हैरान सन ते फिर बाबा ठाकर सिंह जी ने कहा कि जरनैल सिंह हुण तूं तैनूं पंज ग्रंथी जबानी याद है ते तूं पंज ग्रंथी का पाठ सुना संत फिर हर रोज पाठ सुनाउंदे रहे मैं विस्तार विच ना जावां जदों संत पूरे हो गए सचखंड चले गए ते महापुरखां नूं सर्वसम्मति नाल बाबा ठाकर सिंह जी की अगवाई विच दमदमी टकसाल का मुखी चुन लिया बड़िया इतिहासकारां ने लिखण वालियां ने गलत रंगतां दित्तियां असलीयत तो पासे ले जाण की कोशिश की पर साध संगत सच्चाई कदे छुपदी नहीं हुंदी महापुरखां नूं बड़ा उन्होंने हठ किया कि मैनू तुसी मुखी ना बनाओ मैं हर तरह का सहयोग देवांगा मैं हर तरह के नाल तुहाडे नाल मोढ़े नाल मोढ़ा डाह के चलांगा पर किसी सियाने कथावाचक ज्ञानी रहतवान गुरु के सिख त्यार बरत्यार नूं मुखी बनाओ पर सब दियां नज़रां सी ते बाबा ठाकर सिंह जी ने अखीर फैसला जदों सुना ही दिता फिर सतगुरु साहब सच्चे पातशाही का हुक्मनामा लिया दशहरे उपर दस्तारबंदी हुई उस दिन नाम वाहेगुरु सत नाम वाहेगुरु
ਸਤਨਾਮ ਵਾਹਿਗੁਰੂ 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 ਆਓ ਭਾਈ ਆਪਣੀਆਂ ਮਨੋ ਬਿਰਤੀਆਂ ਫਿਰ ਉੱਥੇ ਹੀ ਲੈ ਕੇ ਚੱਲੀਏ। ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੂੰ ਦਮਦਮੀ ਟਕਸਾਲ ਦਾ ਮੁਖੀ ਚੁਣ ਲਿਆ ਗਿਆ ਤਾਂ ਉਸ ਦਿਨ ਦੁਸਹਿਰੇ ਵਾਲੇ ਦਿਨ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਦੁਸਹਿਰਾ ਸੀ, ਪੰਥ ਦੀਆਂ ਨਾਮਵਰ ਹਸਤੀਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਿੰਘ ਸਾਹਿਬਾਨ, ਪੰਜਾਬ ਦਾ ਮੁੱਖ ਮੰਤਰੀ, ਹੋਰ ਸਾਰੇ ਕੈਬਨਿਟ ਮਿਨਿਸਟਰ, ਸਿੱਖ ਸੰਪਰਦਾਵਾਂ ਉੱਥੇ ਪਹੁੰਚੀਆਂ ਹੋਈਆਂ ਸਨ। ਸੰਤਾਂ ਨੇ ਜਿਹੜਾ ਪਹਿਲੇ ਦਿਨ ਲੈਕਚਰ ਕੀਤਾ ਉਹਦੀ ਕੈਸਟ ਮੇਰੇ ਕੋਲ ਹੈਗੀ, ਕੁਦਰਤੀ ਲੱਭ ਗਈ ਬੜੀ ਮਿਹਨਤ ਤੋਂ ਬਾਅਦ, ਕਿਉਂਕਿ ਬੜਾ ਕੁਝ ਲੋਕਾਂ ਨੇ ਲਿਖਿਆ ਸੀ ਉੱਥੇ। ਸੰਤਾਂ ਨੇ ਇੰਨੀ ਨਿਮਰਤਾ ਦੇ ਨਾਲ ਉਹ ਭਾਸ਼ਣ ਦਿੱਤਾ, ਆਪਣੇ ਬਾਰੇ ਦੱਸਿਆ ਕਿ ਅਸੀਂ 1964 ਦੇ ਵਿੱਚ ਜਥੇ 'ਚ ਭਰਤੀ ਹੋਏ, ਕਿਵੇਂ ਕਿਵੇਂ ਸੇਵਾ ਨਿਭਾਈ, ਕਿਵੇਂ ਰਹੇ, ਅਤੇ ਅਖੀਰ 'ਚ ਉਹਨਾਂ ਨੇ ਕਿਹਾ ਕਿ ਅੱਜ ਜਿੰਨੇ ਵੀ ਗੁਰਸਿੱਖ, ਜਿੰਨੇ ਆਗੂ ਮਹਾਂਪੁਰਖਾਂ ਦੇ ਦੁਸਹਿਰੇ 'ਤੇ ਪਹੁੰਚੇ ਨੇ, ਅਸੀਂ ਸਭ ਦਾ ਧੰਨਵਾਦ ਕਰਦੇ ਹਾਂ, ਸਭ ਦੇ ਸ਼ੁਕਰਗੁਜ਼ਾਰ ਹਾਂ। ਅਤੇ ਨਾਲ ਕਿਹਾ ਕਿ ਇਹ ਜਥੇਬੰਦੀ ਪੰਥ ਦਾ ਅੰਗ ਹੈ, ਅਸੀਂ ਮੇਰਾ ਪੰਥ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਅਤੇ ਜਿਹੜੀ ਵਿਸ਼ੇਸ਼ ਗੱਲ ਮਹਾਂਪੁਰਖਾਂ ਨੇ ਇਹ ਕਹੀ ਕਿ ਆ ਜਿਹੜੇ ਨਰਕ ਧਾਰੀ ਆ ਉਹ ਮਤਾਂ ਸਮਝਣ ਕਿ ਸੰਤ ਕਰਤਾਰ ਸਿੰਘ ਜੀ ਖਾਲਸਾ ਨਹੀਂ ਰਹੇ ਅਤੇ ਹੁਣ ਅਸੀਂ ਆਪਣੀਆਂ ਮਨਮਾਨੀਆਂ ਕਰਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਮਨੁੱਖ ਨੂੰ ਪਣਪਣ ਨਹੀਂ ਦਿਆਂਗੇ। ਇਹ ਗੱਲ ਕਹੀ ਸੀ ਅਤੇ ਕਈ ਝੂਠੀਆਂ ਗੱਲਾਂ ਬਣਾ ਕੇ ਕਹੀਆਂ ਗਈਆਂ ਕਿ ਸੰਤਾਂ ਨੇ ਕਿਹਾ ਕਿ ਦਮਦਮੀ ਟਕਸਾਲ ਤਾਂ ਸ਼ਹਿਰੀ ਮੰਗਦੀ ਆ, ਇੱਥੇ ਸਾਨੂੰ ਹੋਰ ਕਿਸੇ ਕਿਸਮ ਦੀ ਸੇਵਾ ਨਹੀਂ ਚਾਹੀਦੀ। ਇਹ ਗੱਲਾਂ ਝੂਠੀਆਂ ਨੇ, ਇਹ ਮੈਂ ਆਪਣੀ ਕਿਤਾਬ 'ਚ ਵੀ ਲਿਖੀਆਂ ਅਤੇ ਉਹਨੂੰ ਆਪਾਂ ਵਾਇਰਲ ਵੀ ਕਰ ਦਿਆਂਗੇ। ਜਿਹੜੀ ਸੰਤਾਂ ਦੀ ਕੈਸਟ ਹੈ ਨਾ, ਉਹਨਾਂ ਦੀ ਆਪਣੀ ਭਰੀ ਹੋਈ, ਉਹ ਵੀ ਸੁਣਾ ਦਾਂਗੇ। ਸੋ ਰਹੋ ਵਿਚਾਰ, ਉਸ ਦਿਨ ਤੋਂ ਸੰਤਾਂ ਨੇ ਪ੍ਰਚਾਰ ਦਾ ਬੀੜਾ ਚੁੱਕਿਆ, ਇੱਥੇ ਨਹੀਂ ਪੰਜਾਬ ਵਿੱਚ, ਦਿੱਲੀ 'ਚ, ਬੰਬੇ 'ਚ, ਆਸਨਸੋਲ, ਕਲਕੱਤਾ, ਭਾਵ ਕੋਨੇ ਕੋਨੇ ਜਾ ਕੇ ਇੱਥੇ ਕਾਨਪੁਰ, ਆਗਰਾ, ਨਾਗਪੁਰ, ਯੂਪੀ, ਲਖੀਮਪੁਰ, ਬੜਾ ਪ੍ਰਚਾਰ ਤੇਜ਼ੀ ਦੇ ਨਾਲ ਪ੍ਰਚਾਰ ਕੀਤਾ ਸੰਤਾਂ। ਫਿਰ ਸੰਤਾਂ ਨੂੰ ਇੱਕ ਝੂਠੇ ਕੇਸ ਵਿੱਚ ਫਸਾਇਆ ਗਿਆ ਕਿ ਸੰਤਾਂ ਨੇ ਇੱਕ ਅਖਬਾਰ ਨਵੀਸ ਦਾ ਕਤਲ ਕਰਵਾ ਦਿੱਤਾ। ਦੇਖੋ ਕਿੰਨਾ ਇਨਸਾਫ ਪਸੰਦ ਮਨੁੱਖ ਦੁਨੀਆਂ ਦੇ ਵਿੱਚ। ਸੰਤਾਂ ਨੇ ਕਿਹਾ ਕੋਈ ਗੱਲ ਨਹੀਂ, ਜੇ ਗੌਰਮੈਂਟ ਨੂੰ, ਪ੍ਰਸ਼ਾਸਨ ਨੂੰ ਕੋਈ ਮੇਰੇ 'ਤੇ ਸ਼ੱਕ ਹੈ ਤੇ ਉਹ ਸ਼ੱਕ ਦੀ ਨਿਮਿਰਤੀ ਕਰ ਲੈਣੀ ਚਾਹੀਦੀ ਹੈ। ਸੰਤ ਮਹਿਤੇ ਇੱਕ ਮੀਟਿੰਗ ਬੁਲਾਈ,
ਲੀਡਰਾਂ ਦੀ ਜਿਹਦੇ ਵਿੱਚ ਹਜ਼ਰ ਟੌੜਾ ਵੀ ਹਜ਼ਰ ਸੰਤੋਖ ਸਿੰਘ ਦਿੱਲੀ ਵਾਲੇ ਸੰਤ ਹਰਚੰਦ ਸਿੰਘ ਹੋਰ ਬਹੁਤ ਸਾਰੇ ਲੀਡਰ ਸਨ ਸੰਪਰਦਾਵਾਂ ਦੇ ਮੁਖੀ ਵੀ ਸਨ ਆਉਂਦੇ ਸੰਤ ਜੀ ਕੀ ਫੈਸਲਾ ਕੀਤਾ ਸੰਤ ਕਹਿੰਦੇ ਵੀ ਅਸੀਂ ਗ੍ਰਿਫਤਾਰੀ ਦੇਣੀ ਕਹਿੰਦੇ ਨਾ ਗ੍ਰਿਫਤਾਰੀ ਨਾ ਦਿਓ ਅਸੀਂ ਸਾਂਭਾਂਗੇ ਸਾਰੇ ਹਾਲਾਤ ਨੂੰ ਸੰਤ ਕਹਿੰਦੇ ਨਹੀਂ ਅੱਜ ਤੁਸੀਂ ਸਾਂਭ ਲਓਗੇ ਕੱਲ ਨੂੰ ਕਿਸੇ ਹੋਰ ਸੰਤ ਦੇ ਉੱਪਰ ਇਹੋ ਜਿਹੀ ਤੁਮਤ ਲਾਉਣਗੇ ਇਹਨਾਂ ਨੂੰ ਆਪਣੀ ਤਪਤੀਸ਼ ਕਰ ਲੈਣ ਦਿਓ ਸੰਤਾਂ ਨੇ ਐਲਾਨ ਕਰ ਦਿੱਤਾ ਕਿ 20 ਸਤੰਬਰ 1981 ਨੂੰ ਮੈਂ ਗ੍ਰਿਫਤਾਰੀ ਦਿਆਂਗਾ ਔਰ ਪੁਲਿਸ ਆ ਕੇ ਮੈਨੂੰ ਗ੍ਰਿਫਤਾਰ ਕਰ ਲਵੇ ਇੱਕੋ ਮੇਰੀ ਸ਼ਰਤ ਹੈ ਕਿ ਮੈਨੂੰ ਹੱਥਕੜੀ ਲਾਉਣ ਵਾਲਾ ਜਿਹੜਾ ਪੁਲਿਸ ਦਾ ਅਫਸਰ ਹੋਵੇ ਉਹ ਸਿੱਖ ਹੋਵੇ ਉੱਥੇ ਅਮਰ ਸਿੰਘ ਚਹਿਲ ਦੀ ਜਰਨੈਲ ਸਿੰਘ ਚਹਿਲ ਦੀ ਡਿਊਟੀ ਲਾ ਦਿੱਤੀ ਕਿ ਤੂੰ ਸੰਤਾਂ ਨੂੰ ਗ੍ਰਿਫਤਾਰ ਕਰਨਾ ਹੈ ਬਹੁਤ ਵੱਡਾ ਇਕੱਠ ਹੋਇਆ ਲੱਖਾਂ ਦਾ ਇਕੱਠ ਗੁਰਦੁਆਰੇ ਦੇ ਅੰਦਰ ਬਾਹਰ ਮਹਿਤੇ ਚੌਂਕ ਤੱਕ ਬੜਾ ਵੱਡਾ ਇਕੱਠ ਹੋਇਆ ਬੜੀਆਂ ਦਿਲ ਚੀਰਵੀਆਂ ਤਕਰੀਰਾਂ ਕੀਤੀਆਂ ਸਿੱਖ ਪੰਥਕ ਆਗੂਆਂ ਨੇ ਵੀ ਨਹੀਂ ਸੀ ਇਹ ਸੰਤ ਨੂੰ ਫੜਨਾ ਚਾਹੀਦਾ ਜਹਿਦਰ ਸੰਤੋਖ ਸਿੰਘ ਨੇ ਕਿਹਾ ਅਸੀਂ ਦਿੱਲੀ ਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਤੁਸੀਂ ਸੰਤ ਜਰਨੈਲ ਸਿੰਘ ਨਹੀਂ ਸਿੱਖਾਂ ਦੇ ਦਿਲ ਨੂੰ ਹੱਥ ਪਾਇਆ ਇਹੋ ਜਿਹੀਆਂ ਤਕਰੀਰਾਂ ਹੋਈਆਂ ਜਿਹੜੀਆਂ ਸਾਰੀਆਂ ਪਈਆਂ ਆਪਣੇ ਕੋਲ ਸਾਧ ਸੰਗਤ ਉਸ ਤੋਂ ਬਾਅਦ ਸੰਤ ਬੋਲੇ ਸੰਤ ਕਹਿੰਦੇ ਮੈਂ ਬੜੀ ਨਿਮਰਤਾ ਸਹਿਤ ਸਾਰੇ ਸਿੱਖ ਆਵਾਮ ਨੂੰ ਸੰਗਤਾਂ ਨੂੰ ਬੇਨਤੀ ਕਰਦਾ ਕਿ ਗੌਰਮੈਂਟ ਨੂੰ ਸ਼ੱਕ ਪਿਆ ਕਿ ਮੈਂ ਲਾਲੇ ਦਾ ਕਤਲ ਕਰਵਾਇਆ ਇਸ ਲਈ ਮੈਂ ਗ੍ਰਿਫਤਾਰ ਹੋ ਰਿਹਾ ਆਪਣੀ ਮਰਜ਼ੀ ਨਾਲ ਗ੍ਰਿਫਤਾਰ ਹੋ ਰਿਹਾ ਕੋਈ ਸਰਕਾਰ ਦੇ ਵਿਰੁੱਧ ਨਾਅਰੇ ਨਾ ਲੱਗਣ ਕਿਸੇ ਪੁਲਿਸ ਦੇ ਉੱਪਰ ਪਥਰਾਅ ਨਾ ਕੀਤਾ ਜਾਵੇ ਕਿਸੇ ਨੂੰ ਮਾੜਾ ਨਾ ਬੋਲਿਆ ਜਾਵੇ ਐਨ ਸ਼ਾਂਤਮਈ ਢੰਗ ਨਾਲ ਆਪਾਂ ਗ੍ਰਿਫਤਾਰੀ ਦੇਣੀ ਸੰਤਾਂ ਨੇ ਗ੍ਰਿਫਤਾਰੀ ਦਿੱਤੀ ਅਤੇ ਬਾਅਦ ਦੇ ਵਿੱਚ ਫਿਰ ਵੀ ਐਸੀ ਭੜਕਾਹਟ ਪੈਦਾ ਕੀਤੀ ਗਈ ਕਿ ਉੱਥੇ 20 ਸਿੰਘ ਕਤਲ ਕਰ ਦਿੱਤੇ ਗਏ ਮਹਿਤੇ 'ਚ 20 ਸੰਤਾਂ ਨੂੰ ਬਿਆਸ ਜਾ ਕੇ ਪਤਾ ਲੱਗਾ ਕਿ ਉੱਥੇ ਤਾਂ 20 ਸਿੰਘ ਮਾਰ ਦਿੱਤੇ ਨੇ ਫਿਰ ਵੀ ਸੰਤਾਂ ਕੋਈ ਬਿਆਨ ਨਹੀਂ ਦਿੱਤਾ ਤਫਤੀਸ਼ ਹੋਈ 4 ਦਿਨ CBI ਦੇ ਅਫਸਰ IB ਦੇ ਅਫਸਰ ਪੁੱਛ ਪੁੱਛ ਕੇ ਚਲੇ ਗਏ ਸੰਤਾਂ ਨੂੰ ਜੇਲ੍ਹ ਭੇਜ ਦਿੱਤਾ ਫਿਰੋਜ਼ਪੁਰ ਤੁਸੀਂ ਦੇਖੋ ਕਿ ਇੱਕ ਵਿਅਕਤੀ ਆਪਣੇ ਆਪ ਗ੍ਰਿਫਤਾਰ ਹੋ ਰਿਹਾ ਫਿਰ ਜਦੋਂ ਲੁਧਿਆਣੇ ਜਾਂਦੇ ਆ ਲੁਧਿਆਣੇ ਸਿੱਧਾ ਘੰਟਾ ਘਰ ਵੱਲ ਦੀ ਨਹੀਂ ਗਏ ਉੱਪਰ ਦੀ ਲਿਜਾ ਕੇ ਸ਼ੇਰ ਸਿੰਘ ਚੌਂਕ ਤੋਂ ਪਾਸੇ ਦੀ ਲਿਜਾ ਕੇ ਸੰਤਾਂ ਨੂੰ ਗੜੀ ਦੇ ਵਿੱਚ ਲਗਾਏ ਬਾਸੀਆਂ 'ਚ ਜਦੋਂ ਉੱਥੋਂ ਫਿਰੋਜ਼ਪੁਰ ਲਿਆਉਣਾ ਸੀ ਉੱਥੋਂ ਫਿਰ ਨਹੀਂ ਆਪਣੇ ਰੋਡ 'ਤੇ ਲਿਆਂਦਾ ਉੱਥੋਂ ਜਗਰਾਵਾਂ ਤੋਂ ਪਾਸੇ ਪਾਸੇ ਦੀ ਇੱਧਰ ਜਿਹੜਾ ਰੋਡ ਆਉਂਦਾ ਆਪਣਾ ਲੰਮੇ ਜੱਟਪੁਰੇ ਵਾਲਾ ਇੱਧਰ ਦੀ ਲਿਆ ਕੇ ਮੋਗੇ ਕੋਲੇ ਲਿਆ ਕੇ ਸੰਤਾਂ ਨੂੰ ਰੋਡ 'ਤੇ ਚਾੜਿਆ ਫਿਰੋਜ਼ਪੁਰ ਲਗਾਏ ਫਿਰੋਜ਼ਪੁਰ ਜਾਂਦਿਆਂ ਨੂੰ ਹਨੇਰਾ ਹੋ ਗਿਆ ਜਦੋਂ ਫਾਟਕ ਕ੍ਰਾਸ ਕੀਤਾ ਉੱਥੇ ਮਹਿੰਦਰ ਸਿੰਘ ਸਾਂਝਾਂ ਵਾਲੇ ਦਾ ਬੇਟਾ 200 ਨੌਜਵਾਨਾਂ ਨੂੰ ਨਾਲ ਲੈ ਕੇ ਖੜਾ ਸੀ ਉਹਨੇ ਸੰਤਾਂ ਦੇ ਉੱਪਰ ਫੁੱਲਾਂ ਦੀ ਵਰਸ਼ ਕੀਤੀ ਸਭ ਹੈਰਾਨ ਪੁਲਿਸ ਵਾਲੇ ਵੀ ਰਾਤ ਨੂੰ ਕਿੰਨਾ ਰਾਹਾਂ ਤੋਂ ਲੈ ਕੇ ਆਏ ਅਸੀਂ ਅਤੇ ਇੱਥੇ ਕਿਵੇਂ ਪਤਾ ਲੱਗ ਗਿਆ ਵੀ ਇੱਥੇ ਆ ਰਹੇ ਉਹਨਾਂ ਨੇ ਐਨ ਆਕਾਸ਼ ਗੂੰਜਵੇਂ ਜਕਾਰੇ ਛੱਡੇ ਸੰਤਾਂ ਦੇ ਹੱਕ 'ਚ ਅਤੇ ਸੰਤ 25 ਦਿਨ ਗ੍ਰਿਫਤਾਰ ਰਹੇ ਹਰ ਤਰ੍ਹਾਂ ਦਾ ਟਿੱਲ ਆਇਆ ਫਿਰ ਜ਼ਮਾਨਤ ਵਾਸਤੇ ਜ਼ੋਰ ਲਾਇਆ ਵੀ ਜ਼ਮਾਨਤ ਕਰਾਓ ਤੁਸੀਂ ਚਲੇ ਜਾਓ ਕਹਿੰਦੇ ਕਿਉਂ ਮੈਂ ਕਤਲ ਕੀਤਾ ਅਤੇ ਮੈਨੂੰ ਫਾਂਸੀ ਦਿਓ ਦੁਨੀਆਂ ਨੂੰ ਪਤਾ ਲੱਗੇ ਕਿ ਮੈਂ ਕਤਲ ਕੀਤਾ ਮੈਂ ਕਰਵਾਇਆ ਜ਼ਮਾਨਤ ਕਿਸ ਗੱਲ ਦੀ ਅਖੀਰ ਦੁਨੀਆਂ ਦਾ ਐਸਾ ਹੁਲਾਰਾ ਵੇਖ ਕੇ ਕੁਝ ਗੁਰਸਿੱਖਾਂ ਨੇ ਜਹਾਜ਼ ਗਵਾਹ ਕਰ ਲਿਆ ਦੁਨੀਆਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਮੰਗ ਹੀ ਹੈ ਰੱਖੀ ਕਿ ਸੰਤ ਜਰਨੈਲ ਸਿੰਘ ਨੂੰ ਤੁਸੀਂ ਨਜਾਇਜ਼ ਤੌਰ 'ਤੇ ਗ੍ਰਿਫਤਾਰ ਕੀਤਾ ਹੋਇਆ ਜਦੋਂ ਫਿਰੋਜ਼ਪੁਰ ਦੀਆਂ ਫਿਜ਼ਾਂ ਦੇ ਵਿੱਚ ਖਾਲਸਾ ਹੀ ਰੰਗ ਭਰ ਗਿਆ ਉੱਥੇ ਦੀਵਾਨ ਸਜੇ ਲੰਗਰ ਲੱਗੇ ਅਤੇ ਫਿਰ ਸੋਚ ਲਿਆ ਵੀ ਹੁਣ ਹਾਲਾਤ ਕਾਬੂ ਤੋਂ ਬਾਹਰ ਹੋਣਗੇ ਸੰਤਾਂ ਨੂੰ ਛੱਡ ਦਿੱਤਾ ਰਿਹਾਅ ਕਰ ਦਿੱਤਾ ਬਿਨਾਂ ਸ਼ਰਤ ਰਿਹਾਅ ਕੀਤਾ ਸੰਤਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਪੰਜਾਬ ਦਾ ਦੌਰਾ ਰੱਖਿਆ ਥੋੜ੍ਹੇ ਦਿਨ ਦੌਰਾ ਕੀਤਾ ਸੰਤ ਬੰਬੇ ਚਲੇ ਮੈਂ ਬਰੀਫ ਬੇਨਤੀ ਕਰਾਂ ਸਮਾਂ ਕੋਈ ਤਾਂ ਸਪੀਕਰ ਵਾਲੇ ਵੀਰਾਂ ਨੇ ਲੈ ਲਿਆ ਕੁਝ ਵੈਸੇ ਵੀ ਵਾਹਵਾ ਹੋ ਗਿਆ ਸਾਧ ਸੰਗਤ ਇੱਕ ਸਕੀਮ ਬਣਾਈ ਗਈ ਮੈਂ ਇੱਕ ਬੇਨਤੀ ਕਰਾਂ ਇਹ ਜਥੇਬੰਦੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ
ਹਕੂਮਤਾਂ ਦੀਆਂ ਨਜ਼ਰਾਂ ਵਿੱਚ ਰੜਕਦੀ ਰਹੀ ਆ। ਕੋਈ ਇਤਿਹਾਸ ਪੜ੍ਹ ਕੇ ਵੇਖ, ਜਦੋਂ ਇਹ ਸਕੀਮ ਬਣੀ ਵੀ ਹੁਣ ਸੰਤ ਬੰਬੇ ਨੇ, ਕਿਉਂਕਿ ਉਦੋਂ ਪਹਿਲਾਂ ਚੰਦੋ ਕਲਾਂ ਦੇ ਵਿੱਚ ਜਿਹੜੀ ਇੱਕ ਸਾਜਿਸ਼ ਭਰੀ ਇੱਕ ਸਕੀਮ ਬਣਾਈ ਸੀ ਕਿ ਇਹਨੂੰ ਹਰਿਆਣੇ ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ ਜਾਵੇ ਤੇ ਹਰਿਆਣੇ 'ਚ ਚਾਰ ਦਿਨ ਰੌਲਾ ਪਏਗਾ, ਉੱਥੋਂ ਦਾ ਮੁੱਖ ਮੰਤਰੀ ਸਾਂਭ ਲਏਗਾ, ਕੋਈ ਗੱਲ ਨਹੀਂ। ਬਹਾਨਾ ਇਹ ਬਣਾਇਆ ਸੀ ਕਿ ਕਹਾਂਗੇ ਅਸੀਂ ਤਾਂ ਗ੍ਰਿਫਤਾਰ ਕਰਨ ਗਏ ਸੀ, ਸੰਤਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ, ਉੱਥੇ ਪੁਲਿਸ ਮੁਕਾਬਲਾ ਹੋ ਗਿਆ। ਨਹੀਂ ਤੇ ਡੀ ਐਸ ਮਾਂਗਟ ਦੀ ਅਗਵਾਈ ਵਿੱਚ ਸਾਧ ਸੰਗਤ 5 SSP ਉਹ 'ਚ 18 SP ਇਹ ਰਿਕਾਰਡ ਆ ਉਹਨਾਂ ਦਾ, ਸੈਂਕੜੇ ਪੁਲਿਸ ਮੁਲਾਜ਼ਮ ਚੰਦੋ ਕਲਾਂ ਨੂੰ ਘੇਰਾ ਪਾ ਕੇ ਪੁੱਛਦੇ ਨੇ ਲਾਊਡ ਸਪੀਕਰ ਵਿੱਚ ਵੀ ਸੰਤ ਜਰਨੈਲ ਸਿੰਘ ਸਾਡੇ ਹਵਾਲੇ ਕਰ ਦਿਓ। ਅਤੇ ਗੁਰਦੁਆਰੇ ਦੇ ਸਪੀਕਰ 'ਚੋਂ ਪਿੰਡ ਦੇ ਸਰਪੰਚ ਨੇ ਕਿਹਾ ਕਿ ਮੈਂ ਸਰਪੰਚ ਪਿੰਡ ਦਾ ਬੋਲਦਾ, ਸੰਤ ਇੱਥੋਂ ਚਲੇ ਗਏ ਨੇ ਰਾਤ, ਇੱਥੇ ਸੰਤ ਜੀ ਹੈ ਨਹੀਂ, ਤੁਸੀਂ ਆ ਕੇ ਦੇਖ ਸਕਦੇ ਹੋ। ਇਸ ਗੱਲ 'ਤੇ ਹੋਰ ਗੁੱਸਾ ਭੜਕਿਆ ਉਹਨਾਂ ਦਾ ਵੀ ਅਸੀਂ ਤਾਂ ਇੱਥੇ ਕਤਲ ਕਰਨਾ ਸੀ, ਉਹਨੂੰ ਚਲੇ ਗਿਆ। ਫਿਰ ਇੰਨੀ ਦੇਖੋ, ਇੰਨੀ ਵੀ ਲਿਆਕਤ ਨਹੀਂ, ਤੁਸੀਂ ਮਹਿਤੇ ਵਾਇਰਲੈਸ ਕਰੋ, ਮਹਿਤੇ ਥਾਣੇ ਨੂੰ ਪੁੱਛ ਲਓ ਵੀ ਸੰਤ ਜੀ ਇੱਥੇ ਹੈਗੇ ਕਿ ਨਹੀਂ। ਪਰ ਨਹੀਂ, ਪਿੰਡ ਦੀ ਤਲਾਸ਼ੀ ਲੈਣ ਦੇ ਬਹਾਨੇ ਪਿੰਡ ਨੂੰ ਲੁੱਟਿਆ ਗਿਆ, ਕੁੱਟਿਆ ਗਿਆ, ਸੰਤਾਂ ਦੀਆਂ ਲਿਟਰੇਚਰ ਵਾਲੀਆਂ ਬੱਸਾਂ ਸਾੜ ਦਿੱਤੀਆਂ ਗਈਆਂ, ਸਿੰਘਾਂ 'ਤੇ ਤਸ਼ੱਦਦ ਕੀਤਾ। ਹੈ ਕੋਈ ਕਾਨੂੰਨ, ਕੋਈ ਉਸ ਗੱਲ ਦੀ ਤਫਤੀਸ਼ ਹੋਈ ਅੱਜ ਤੱਕ ਵੀ ਚੰਦੋ ਕਲਾਂ ਗੋਲੀ ਕਿਉਂ ਚੱਲੀ, ਬੱਸਾਂ ਕਿਉਂ ਸਾੜੀਆਂ? ਕੋਈ ਤਫਤੀਸ਼ ਨਹੀਂ। ਸੰਤ ਬੰਬੇ ਚਲੇ, ਬੰਬੇ ਇੱਕ ਸਕੀਮ ਬਣਾਈ ਵੀ ਹੁਣ ਉੱਥੇ 7ਵੀਂ ਸਟੇਟ ਹੈ ਇੱਥੋਂ, ਉੱਥੇ ਜਾ ਕੇ ਜੇ ਕਤਲ ਵੀ ਕਰ ਦਿਆਂਗੇ ਕੋਈ ਫਰਕ ਨਹੀਂ ਪੈਣਾ, ਇੱਥੋਂ ਵਾਰੰਟ ਕੱਢੇ। ਅਤੇ ਭਾਈ ਅਮਰੀਕ ਸਿੰਘ ਨੂੰ ਪਤਾ ਲੱਗ ਗਿਆ, ਉਹਨੇ ਇੱਕ ਸਿੰਘ ਬਾਈ ਏਅਰ ਭੇਜਿਆ ਕਿ ਸੰਤ ਜੀ ਤੁਹਾਡੇ ਵਾਰੰਟ ਕੱਢ ਦਿੱਤੇ ਨੇ, ਅਤੇ ਆਪਾਂ ਨੂੰ ਉਸ ਹਿਸਾਬ ਦੇ ਨਾਲ ਕੋਈ ਸਕੀਮ ਸੋਚਣੀ ਚਾਹੀਦੀ ਹੈ। ਸੰਤਾਂ ਨੇ ਸਾਥੀ ਉੱਥੇ ਸਿੰਘ ਇਕੱਠੇ ਕੀਤੇ, ਬੁਲਾਏ ਕਿ ਭਾਈ ਇਹੋ ਜਿਹੇ ਹਾਲਾਤ ਨੇ, ਮੈਨੂੰ ਫਿਰ ਪੰਜਾਬ ਜਾਣਾ ਪੈਣਾ। ਦੇਖੋ ਸੜਕੀ ਰਸਤੇ ਦੇ ਉੱਪਰ ਸੰਤ ਜੀ 58 ਘੰਟਿਆਂ ਦੇ ਵਿੱਚ ਬੰਬੇ ਤੋਂ ਮਹਿਤੇ ਆ ਗਏ, ਰਸਤੇ ਵਿੱਚ ਨਾਕੇ ਵੀ ਲਾਏ ਹੋਣਗੇ, ਸਾਰਾ ਪ੍ਰਬੰਧ ਕੀਤਾ ਹੋਏਗਾ। ਗੁਰਦੁਆਰਾ ਦਾਦਰ ਜਿੱਥੇ ਸੰਤ ਜੀ ਠਹਿਰੇ ਹੋਏ ਸਨ ਸਾਰਾ ਸੀਲ ਕੀਤਾ ਹੋਇਆ ਸੀ, ਅਤੇ ਹਲੇ ਉੱਥੇ ਹੀ ਲੱਭ ਰਹੇ ਨੇ, ਸਿੰਘਾਂ ਨੂੰ ਪੁੱਛ ਰਹੇ ਨੇ ਜਿਹੜੇ ਉੱਥੇ ਜੱਥਾ ਬਾਕੀ ਬਚਿਆ ਵੀ ਸੰਤ ਕਿੱਥੇ ਨੇ। ਉਹ ਕਹਿੰਦੇ ਵੀ ਸੰਤ ਢਿੱਲੇ, ਸੰਤਾਂ ਨੂੰ ਤਾਂ ਬੁਖਾਰ ਸੀ ਥੋੜ੍ਹਾ ਜਿਹਾ, ਕਹਿੰਦੇ ਸੰਤ ਜੀ ਢਿੱਲੇ ਆ, ਕਿਸੇ ਹੋਸਪਿਟਲ ਵਿੱਚ ਐਡਮਿਟ ਨਾ ਹੋ ਗਏ ਹੋਣ, ਦਵਾਈ ਨਾ ਲੈਣ ਚਲੇ ਗਏ ਹੋਣ, ਸਾਨੂੰ ਪਤਾ ਨਹੀਂ। ਅਤੇ ਜਦੋਂ ਉਹਨਾਂ ਨੇ ਪਤਾ ਕੀਤਾ SSP ਅੰਮ੍ਰਿਤਸਰ ਤੋਂ, ਉਹਨੇ ਪਤਾ ਕਰਕੇ ਦੱਸਿਆ ਵੀ ਸੰਤ ਤੇ ਮਹਿਤੇ ਨੇ। ਉੱਥੇ ਇੱਕ ਦੂਸਰੀ ਸਾਜਿਸ਼ ਫੇਰ ਫੇਲ ਹੋ ਗਈ, ਸੰਤਾਂ ਨੂੰ ਉੱਥੇ ਖਤਮ ਕਰਨਾ ਸੀ। ਹੁਣ ਤੀਸਰੀ ਵਾਰ ਇੱਥੇ ਹਰਿਮੰਦਰ ਸਾਹਿਬ ਜੋ ਕੁਝ ਹੋਇਆ ਸਾਧ ਸੰਗਤ, ਗੱਲ ਉੱਥੇ ਮੁੱਕੀ ਨਹੀਂ। ਸੰਤਾਂ ਨੂੰ ਭੜਕਾਉਣ ਵਾਸਤੇ, ਸੰਤਾਂ ਨੂੰ ਜਜ਼ਬਾਤੀ ਕਰਨ ਵਾਸਤੇ ਸੰਤਾਂ ਦੇ ਨੇੜੇ ਦੇ ਸਿੰਘਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਸੰਤ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਬੁਖਾਰ ਸੀ, ਇਹਨਾਂ ਦਾ ਪਤਾ ਕਰਨ ਆਏ, ਕਿਉਂਕਿ ਬੁਖਾਰ ਤਾਂ ਬੰਬੇ ਤੋਂ ਹੀ ਸੀਗਾ, ਪਤਾ ਕਰਨ ਆਏ। ਛਾਮਾਂ ਪੈ ਗਈਆਂ, ਗੱਡੀ ਉਹਨਾਂ ਦੀ ਖਰਾਬ ਹੋ ਗਈ। ਸੰਤਾਂ ਨੇ ਆਪਣੀ ਜੀਪ ਭੇਜੀ ਵੀ ਜਾਓ ਇਹਨਾਂ ਨੂੰ ਖਡੂਰ ਸਾਹਿਬ ਛੱਡ ਕੇ ਆਓ ਮਹਾਂਪੁਰਖਾਂ ਨੂੰ। ਖਡੂਰ ਸਾਹਿਬ ਤੋਂ ਵਾਪਸ ਆਉਂਦਿਆਂ 5 ਸਿੰਘ ਗ੍ਰਿਫਤਾਰ ਕਰ ਲਏ, ਜੀਪ ਵੀ ਫੜ ਲਈ। ਉਦੋਂ ਇੰਸਪੈਕਟਰ ਇਕਬਾਲ ਸਿੰਘ ਸੀ ਜਿਹੜਾ ਬੜਾ ਅੱਜ ਕੱਲ੍ਹ ਆਪਣੇ ਆਪ ਨੂੰ ਵਿਦਵਾਨ ਮੰਨਦਾ, ਇਹਨੇ ਸਾਰਾ ਕੁਝ ਕਰਿਆ। ਉਸ ਤੋਂ ਬਾਅਦ ਸੰਤਾਂ ਨੂੰ ਪਤਾ ਲੱਗਾ ਵੀ 5 ਸਿੰਘ ਫੜ ਲਏ। ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ ਦੀ ਡਿਊਟੀ ਲਾਈ ਵੀ ਕੱਲ੍ਹ ਨੂੰ ਅੰਮ੍ਰਿਤਸਰ ਕਚਹਿਰੀਆਂ 'ਚ ਪੇਸ਼ ਕਰਨਗੇ, ਪਤਾ ਕਰੋ ਕੀ ਗੱਲ। ਇਹਨਾਂ ਨੂੰ ਪਤਾ ਕਰਨ ਗਿਆ ਨੂੰ ਇਹਨਾਂ ਨੂੰ ਵੀ ਫੜ ਲਿਆ, ਅਮਰੀਕ ਸਿੰਘ ਵੀ ਫੜ ਲਿਆ, ਬਾਬਾ ਥਾਰਾ ਸਿੰਘ ਵੀ ਫੜ ਲਿਆ। ਅਤੇ ਸੰਤ ਸਮਝ ਗਏ ਕਿ ਹੁਣ ਇਹਨਾਂ ਦੀ ਨੀਅਤ ਬਦਨੀਤ ਹੈ, ਇਹ ਸਿੱਧਾ ਮੈਨੂੰ ਹੱਥ ਪਾਉਣਾ ਚਾਹੁੰਦੇ ਨੇ। ਅਤੇ ਸੰਤ ਉਸੇ ਦਿਨ 19 ਜੁਲਾਈ 1982 ਨੂੰ ਭਾਈ ਅਮਰੀਕ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ,
ਉਸੇ ਦਿਨ ਕੁਝ ਸਿੰਘਾਂ ਨਾਲ ਰਾਇ ਮਸ਼ਵਰਾ ਕਰਕੇ ਸੰਤਾਂ ਨੇ 19 ਜੁਲਾਈ 1982 ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸਾ ਸੋਧ ਕੇ ਮੋਰਚਾ ਲਾਤਾ ਕਿ 51 ਸਿੰਘਾਂ ਦਾ ਜੱਥਾ ਰੋਜ਼ ਜਾਏਗਾ, ਗ੍ਰਿਫਤਾਰੀ ਦੇਗਾ ਜਦੋਂ ਤੱਕ ਸਾਡੇ ਸਿੰਘਾਂ ਨੂੰ ਰਿਹਾਅ ਨਹੀਂ ਕਰਦੇ। ਤੇ ਸਾਧ ਸੰਗਤ, ਇਹ ਮੋਰਚਾ ਚੱਲਦਾ ਰਿਹਾ। ਉੱਧਰੋਂ ਅਕਾਲੀ ਦਲ ਦਾ ਮੋਰਚਾ ਕਪੂਰੀ ਨਹਿਰ ਦਾ ਲੱਗਾ ਹੋਇਆ ਸੀ। ਇਹਨਾਂ ਸੋਚਿਆ ਮੋਰਚਾ ਇਕੱਠਾ ਕਰ ਲਈਏ, ਮੋਰਚਾ ਇਕੱਠਾ ਕਰ ਲਿਆ। ਸੰਤ ਹਰਚੰਦ ਸਿੰਘ ਨੂੰ ਡਿਕਟੇਟਰ ਬਣਾ ਦਿੱਤਾ ਗਿਆ, ਮੋਰਚਾ ਚੱਲਦਾ ਗਿਆ। 1 ਸਾਲ 3 ਮਹੀਨਿਆਂ ਬਾਅਦ ਭਾਈ ਅਮਰੀਕ ਸਿੰਘ, ਨਾਲ ਦੇ ਸਿੰਘ, ਬਾਬਾ ਥਾਰਾ ਸਿੰਘ ਰਿਹਾਅ ਕਰ ਦਿੱਤੇ ਗਏ। ਇੱਥੇ ਇਸ ਪੜਾਅ 'ਤੇ ਸੰਤ ਜਰਨੈਲ ਸਿੰਘ ਖਾਲਸਾ ਦਾ ਮੋਰਚਾ ਫਤਿਹ ਹੋ ਗਿਆ। ਜਿਹੜੀ ਅਰਦਾਸ ਉਹਨਾਂ ਨੇ ਕੀਤੀ ਸੀ ਨਾ, ਉਹ ਤਾਂ ਫਤਿਹ ਹੋ ਗਈ। ਹੁਣ ਜਿਹੜੇ ਦੂਜੇ ਭਰਾਵਾਂ ਨੇ ਨਾਲ ਕਿਹਾ ਲੀਡਰਾਂ ਨੇ ਕਿ ਸੰਤ ਜੀ ਸਾਡੇ ਨਾਲ ਰਹਿ ਕੇ ਹੁਣ ਤੁਸੀਂ ਸਾਡੇ ਧਰਮ ਯੁੱਧ ਮੋਰਚੇ ਵਿੱਚ ਵੀ ਅਗਵਾਈ ਕਰੋ। ਅਤੇ ਫਿਰ ਸੰਤਾਂ ਨੇ ਕਿਹਾ ਠੀਕ ਆ, ਅਸੀਂ ਪੰਥ ਦੇ ਨਾਲ। ਫਿਰ ਉੱਥੇ ਜੋ ਧੂੰਆਂ ਧਾਰ ਪ੍ਰਚਾਰ ਕੀਤਾ ਸੰਤਾਂ ਨੇ, ਨੌਜਵਾਨਾਂ ਨੂੰ ਕੇਸਰੀ ਰੰਗ ਵਿੱਚ ਰੰਗਿਆ, ਅੰਮ੍ਰਿਤਧਾਰੀ ਬਣਾਇਆ, ਸਕੂਲਾਂ ਕਾਲਜਾਂ ਦੀਆਂ ਯੂਨਿਟ ਖੜ੍ਹੇ ਕੀਤੇ, ਸਿੱਖ ਸਟੂਡੈਂਟ ਫੈਡਰੇਸ਼ਨ ਖੜ੍ਹੀ ਕੀਤੀ, ਪੂਰਾ ਪੰਜਾਬ ਇੱਕ ਸਿੱਖੀ ਰੰਗਤ ਵਿੱਚ ਰੰਗਿਆ ਗਿਆ। ਅਤੇ ਇੱਕ ਹੋਰ ਮੁਸੀਬਤ ਹਿੰਦੁਸਤਾਨ ਦੇ ਸਾਹਮਣੇ ਖੜ੍ਹੀ ਹੋ ਗਈ ਕਿ ਅਸੀਂ ਤਾਂ ਇੱਕ ਬੰਦੇ ਨੂੰ ਫੜ ਕੇ ਮਾਰ ਦੇਣਾ ਚਾਹੁੰਦੇ ਸਾਂ, ਇਹਨਾਂ 'ਤੇ ਇਹੋ ਜਿਹੇ ਲੱਖਾਂ ਹੀ ਪੈਦਾ ਕਰ ਲਏ। ਕੇਵਲ ਸੰਤ ਜਰਨੈਲ ਸਿੰਘ ਨਿਗਾਹ 'ਚ ਸੀ ਉਹਨਾਂ ਦੇ। ਅਤੇ ਫਿਰ ਬਿਆਨ ਆਉਣੇ ਸ਼ੁਰੂ ਹੋ ਗਏ ਕਿ ਦਰਬਾਰ ਸਾਹਿਬ ਦੀ ਘੇਰਾਬੰਦੀ ਕਰ ਦਾਂਗੇ, ਐਂ ਕਰ ਲਾਂਗੇ, ਜਿਉਂ ਕਰ ਲਾਂਗੇ। ਮੈਂ ਇੱਥੇ ਇੱਕ ਬਾਤ ਹੋਰ ਕਹਿਣੀ ਚਾਹੁੰਦਾ। ਇੱਕ ਬਿਆਨ ਆਇਆ ਸੀਗਾ ਕਿ ਸੰਤ ਜਰਨੈਲ ਸਿੰਘ ਨੂੰ ਮਹਿਤੇ ਜਾ ਕੇ ਪ੍ਰਚਾਰ ਕਰਨਾ ਚਾਹੀਦਾ। ਇਹ ਡਰਿਆ ਹੋਇਆ ਇੱਥੇ ਬੈਠਾ, ਇਹ ਲੁਕਿਆ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ। ਸੰਤਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਮੈਂ ਪੰਥ ਦੀ ਇਸ ਏਕਤਾ ਦੇ ਵਿੱਚ ਬੱਝਿਆ ਹੋਇਆ ਇੱਥੇ ਬੈਠਾ, ਮੈਨੂੰ ਕੋਈ ਡਰ ਨਹੀਂ। ਜੇ ਪੰਜਾਬ ਦਾ ਮੁੱਖ ਮੰਤਰੀ ਇਸ ਗੱਲ ਨੂੰ ਤਸਲੀਮ ਕਰਦਾ ਕਿ ਮੈਂ ਡਰਿਆ ਹੋਇਆ ਤਾਂ ਬੈਠਾ, ਅਤੇ ਮੇਰੇ ਨਾਲ ਦਿਨ ਨੀਯਤ ਕਰੋ, ਮੈਂ ਇੱਥੋਂ ਮੰਜੀ ਸਾਹਿਬ ਤੋਂ ਕਥਾ ਕਰਾਂਗਾ, ਅਤੇ 22 ਰੋਡ ਮੈਂ ਦਿੱਲੀ ਜਾਵਾਂਗਾ, ਉੱਥੇ ਜਾ ਕੇ ਮੈਂ ਸੀਸਗੰਜ ਸਾਹਿਬ ਕਥਾ ਕਰਾਂਗਾ, ਅਤੇ ਫਿਰ ਵਾਪਸ ਆਵਾਂਗਾ, ਅਤੇ ਉਹਦੇ ਤੋਂ ਬਾਅਦ ਜੇ ਤੁਸੀਂ ਮੈਨੂੰ ਗ੍ਰਿਫਤਾਰ ਕਰ ਲਓ, ਕਿਤੇ ਫੜ ਲਵੋ, ਰੋਕ ਲਵੋ, ਅਤੇ ਫਿਰ ਤੁਸੀਂ ਆਪਣੀ ਜ਼ੋਰ ਅਜ਼ਮਾਇਸ਼ ਕਰਕੇ ਦੇਖ ਲਓ। ਜੇ ਤੁਸੀਂ ਨਾ ਕਰ ਸਕੋ ਤਾਂ ਫਿਰ ਤੁਸੀਂ ਲਿਖ ਕੇ ਦਿਓ ਕਿ ਧਰਮ ਯੁੱਧ ਮੋਰਚੇ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਏ, ਲਿਖੋ। ਕਿਸੇ ਦੀ ਹਿੰਮਤ ਨਾ ਪਈ, ਉਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਸੀ, ਨਹੀਂ ਲਿਖ ਕੇ ਦੇ ਸਕਿਆ। ਸਾਧ ਸੰਗਤ, ਫਿਰ ਦਿਨ ਆਏ ਜਦੋਂ ਹਰਿਮੰਦਰ ਸਾਹਿਬ 'ਤੇ ਹਮਲਾ ਹੁੰਦਾ। ਹੁਣ ਕੋਈ ਹੈ ਆਪਣੇ ਵਾਸਤੇ ਕਾਨੂੰਨ? ਇੱਥੇ ਸਿੱਖਾਂ ਦੀ ਚੁਣੀ ਹੋਈ ਇੱਕ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੇ ਪ੍ਰਬੰਧ ਹੇਠ ਸਾਰਾ ਹਰਿਮੰਦਰ ਸਾਹਿਬ ਦਾ ਪ੍ਰਬੰਧ ਹੈ। ਜੇ ਸੰਤ ਜਰਨੈਲ ਸਿੰਘ ਦੀ ਜ਼ਰੂਰਤ ਸੀ ਤਾਂ ਹਿੰਦ ਸਰਕਾਰ ਨੋਟਿਸ ਕੱਢ ਸਕਦੀ ਸੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਕਿ ਤੁਹਾਡੇ ਕੋਲ ਸੰਤ ਜਰਨੈਲ ਸਿੰਘ ਹੈ, ਉਹ ਸਾਨੂੰ ਚਾਹੀਦਾ, ਉਹਨੂੰ ਅਸੀਂ ਗ੍ਰਿਫਤਾਰ ਕਰਨਾ, ਉਹ ਸਾਡੇ ਹਵਾਲੇ ਕਰੋ। ਜੇ ਨਾ ਕਰਦੇ ਹੋਰ ਨੋਟਿਸ ਕੱਢਦੇ, ਜੇ ਨਾ ਕੱਢਦੇ ਫਿਰ ਕਹਿੰਦੇ ਭਾਈ ਹੁਣ ਅਸੀਂ ਸਖਤੀ ਨਾਲ ਫੜਾਂਗੇ, ਕੋਈ ਗੱਲ ਨਹੀਂ। 18 ਦਿਨ ਪਹਿਲਾਂ ਕਾਂਗਰਸ ਸਰਕਾਰ, ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜੀਵ ਗਾਂਧੀ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦਾ ਹੈ। ਉਹ ਕਹਿੰਦਾ ਵੀ ਸੰਤ ਜੀ, ਸੰਤ ਜਰਨੈਲ ਸਿੰਘ ਤਾਂ ਇੱਕ ਧਾਰਮਿਕ ਆਗੂ ਹੈ, ਉਹ ਇਹ ਕਹਿੰਦਾ। ਇਹ ਇੱਕ ਛਲ ਸੀ, ਛਲ ਕਿ ਲੋਕਾਂ ਨੂੰ ਇਹੀ ਕਹੋ, ਅੰਦਰ ਦੀ ਤਿਆਰੀ ਆਪਣੀ ਸੀ। ਅਤੇ ਹੁਣ ਤਾਂ ਉਦੋਂ ਬਾਅਦ 'ਤੇ ਆ ਪੁਸਤਕਾਂ ਰਾਹੀਂ, ਹੋਰ ਖੁਲਾਸਿਆਂ ਰਾਹੀਂ, ਵਾਈਟ ਪੇਪਰਾਂ ਦੇ ਰਾਹੀਂ ਜ਼ਾਹਰ ਹੋ ਗਿਆ ਕਿ ਰਸ਼ੀਆ ਦੀ ਸਰਕਾਰ, ਬ੍ਰਿਟੇਨ ਦੀ ਸਰਕਾਰ, ਕਿੰਨੀਆਂ ਸਰਕਾਰਾਂ ਦੀ ਸਲਾਹ ਲਈ ਗਈ ਕਿ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ। ਡਿਵੀਜ਼ਨਾਂ ਦੀਆਂ ਡਿਵੀਜ਼ਨਾਂ ਫੋਰਸਾਂ ਭੇਜ ਕੇ, ਉਹ ਵੀ ਤੋਪਾਂ ਟੈਂਕਾਂ ਨਾਲ ਲੈਸ ਕਰਕੇ ਤੁਸੀਂ ਭੇਜੋ ਸੰਤ ਜਰਨੈਲ ਸਿੰਘ ਫੜਨ ਵਾਸਤੇ। ਅਤੇ ਫਿਰ ਤੁਸੀਂ ਮੌਕੇ 'ਤੇ ਜਾ ਕੇ ਕਹੋ ਵੀ ਸਰੈਂਡਰ ਕਰ ਦਿਓ, ਨਹੀਂ ਤਾਂ ਸਾਡੇ ਕੋਲ ਬੜੀਆਂ ਭਾਰੀ ਤੋਪਾਂ ਨੇ, ਬੜੀ ਭਾਰੀ ਸਾਡੇ ਕੋਲ ਹਮਲਾਵਰ ਹੋਣ ਦੀ ਸ਼ਕਤੀ ਹੈ। ਅਤੇ ਸੰਤਾਂ ਨੇ ਫਿਰ ਉਦੋਂ ਕਿਹਾ ਸੀ ਕਿ ਭਾਈ ਜਦੋਂ ਤੁਸੀਂ ਸਾਨੂੰ ਕਿਹਾ ਸੀ ਵੀ ਸਾਨੂੰ ਸ਼ੰਕਾ ਹੈ, ਤੁਹਾਨੂੰ ਗ੍ਰਿਫਤਾਰ ਕਰਨਾ ਸੀ, ਗ੍ਰਿਫਤਾਰ ਹੋ ਗਏ ਸੀ,
ਤੇ ਹੁਣ ਤੁਸੀਂ ਸਾਨੂੰ ਕੋਈ ਇਹੋ ਜਿਹਾ ਲੈਟਰ ਨਹੀਂ ਕੱਢਿਆ ਕਿ ਤੁਹਾਡੀ ਲੋੜ ਹੈ, ਤੁਸੀਂ ਤਾਂ ਹੁਣ ਸਿੱਧਾ ਕਹਿੰਦੇ ਵੀ ਅਸੀਂ ਚੜ੍ਹ ਕੇ ਆਵਾਂਗੇ, ਅਸੀਂ ਧੌਣੋਂ ਫੜਾਂਗੇ, ਅਸੀਂ ਆਪਣੀ ਮਰਜ਼ੀ ਨਾਲ ਤੁਹਾਨੂੰ ਗੁਲਾਮਾਂ ਦੀ ਜ਼ਿੰਦਗੀ 'ਚ ਲੈ ਕੇ ਜਾਵਾਂਗੇ, ਅਤੇ ਫਿਰ ਆਓ ਖਾਲਸਾ ਅਤੇ ਕਲਗੀਧਰ ਪਾਤਸ਼ਾਹ ਦਾ ਪੁੱਤਰ ਹੈ ਜਿਹੜਾ ਵੀ ਇਸ ਘਰ 'ਤੇ ਜਿਹੜੀ ਨੀਤ ਦੇ ਨਾਲ ਆਇਆ ਹੈ ਉਹਨੂੰ ਉਹੋ ਜਿਹਾ ਫਲ ਭੁਗਤਾਇਆ ਜਾਂਦਾ ਇੱਥੋਂ। ਜੇ ਚੜ੍ਹ ਕੇ ਆਓਗੇ ਤਾਂ ਤਿਵੇ ਫਿਰ ਤੁਹਾਡਾ ਪਾਰਾ ਲਾਇਆ ਜਾਊਗਾ, ਆਓ ਚੜ੍ਹ ਕੇ। ਦੁਨੀਆਂ ਦੇ ਵਿੱਚ ਐਸਾ ਯੁੱਧ ਹੋਇਆ ਕਦੇ? ਇੱਕ ਪਾਸੇ 225 ਸਿੰਘ ਨੇ ਜਿਨ੍ਹਾਂ ਕੋਲ ਰਵਾਇਤੀ ਹਥਿਆਰ ਨੇ, ਇੱਕ ਪਾਸੇ ਦੁਨੀਆਂ ਦੀ ਮੰਨੀ ਹੋਈ ਸ਼ਕਤੀ ਮਿਲਟਰੀ ਹੈ ਜਿਹਦੇ ਕੋਲ ਤੋਪਾਂ ਅਤੇ ਟੈਂਕ ਨੇ, ਅਤੇ ਸਾਧ ਸੰਗਤ 72 ਘੰਟੇ ਯੁੱਧ ਹੋਵੇ 72 ਘੰਟੇ। ਜਿਹੜੇ ਜਰਨੈਲ ਕਹਿੰਦੇ ਸੀ ਨਾ ਕਿ ਜਦੋਂ ਤੋਪਾਂ ਦੀ ਗੜਗੜਾਹਟ ਹੋਵੇਗੀ, ਸੰਤ ਜਰਨੈਲ ਸਿੰਘ ਅਤੇ ਉਸਦੇ ਸਾਥੀ ਕੁਝ ਪਲਾਂ ਦੇ ਵਿੱਚ ਹੀ ਸਾਡੇ ਸਾਹਮਣੇ ਹੱਥ ਖੜੇ ਕਰ ਦੇਣਗੇ, ਪਰ ਉਹਨਾਂ ਨੂੰ ਇਹ ਯਾਦ ਚੇਤਾ ਹੀ ਨਹੀਂ ਸੀ ਕਿ ਇਹ ਉਹ ਖਾਲਸਾ ਹੈ ਜਿਹਨੇ ਕਦੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰਹਿ ਕੇ ਚਮਕੌਰ ਦੀ ਗੜੀ ਦੇ ਯੁੱਧ ਦੇਖੇ ਸਨ, ਕਦੇ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਰਹਿ ਕੇ ਖਦਰਾਣੇ ਦੀ ਢਾਬ ਦੇ ਯੁੱਧ ਲੜੇ ਸਨ। ਇਹ ਭੁੱਲ ਗਏ ਸਿੱਖਾਂ ਦਾ ਇਤਿਹਾਸ? ਫਿਰ ਉਹਦੇ ਤੋਂ ਬਾਅਦ ਵੀ ਮੈਂ ਸਮਾਪਤੀ ਕਰਾਂ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਕੋਈ ਕਸਰ ਨਹੀਂ ਛੱਡੀ ਦੁਨੀਆਂ ਭਰ ਦੀ ਪ੍ਰੈਸ ਨੇ, ਪਰ ਸੱਚ ਨੂੰ ਕੋਈ ਲੁਕੋ ਨਹੀਂ ਸਕਦਾ। ਸਾਧ ਸੰਗਤ ਅੱਜ ਦੁਨੀਆਂ ਵਿੱਚ ਜਿੱਥੇ ਵੀ ਗੁਰੂ ਕੇ ਸਿੱਖ ਵੱਸਦੇ ਨੇ ਉਹ ਸੰਤਾਂ ਦੀਆਂ ਕੈਸਟਾਂ ਸੁਣ ਸੁਣ ਕੇ ਅੰਮ੍ਰਿਤਧਾਰੀ ਹੋਈ ਜਾਂਦੇ ਨੇ, ਸੰਤਾਂ ਦੇ ਲੈਕਚਰ ਸੁਣ ਸੁਣ ਕੇ ਸਾਬਤ ਸੂਰਤ ਹੋਈ ਜਾਂਦੇ ਨੇ, ਨਿਤਨੇਮੀ ਹੋਈ ਜਾਂਦੇ ਨੇ, ਉਹ ਸੰਥਿਆ ਲੈ ਲੈ ਕੇ ਪਾਠੀ ਬਣ ਰਹੇ ਨੇ, ਇੰਗਲਿਸ਼ ਦੇ ਵਿੱਚ ਕਥਾ ਕਰ ਰਹੇ ਨੇ, ਪ੍ਰਚਾਰ ਕਰ ਰਹੇ ਨੇ, ਅਤੇ ਜੇ ਉਹਨਾਂ ਦਾ ਮੂਲ ਪੁੱਛੋ ਵੀ ਤੁਸੀਂ ਤੁਰੇ ਕਿਉਂ ਇਸ ਪਾਸੇ, ਤਾਂ ਕਹਿੰਦੇ ਅਸੀਂ ਸੰਤਾਂ ਦੀਆਂ ਕੈਸਟਾਂ ਸੁਣ ਕੇ ਇਸ ਪਾਸੇ ਤੁਰੇ ਹਾਂ। ਅਤੇ ਫਿਰ ਭਾਈ ਦੀਵਾਲੀ ਦਿਵਾਲਿਆ ਇਸ ਗੱਲ ਨੂੰ, ਸੱਚਾਈ ਦੱਬਦੀ ਹੁੰਦੀ ਕਦੇ? ਕਦੇ ਵੀ ਨਹੀਂ ਦੱਬਦੀ ਹੁੰਦੀ। ਸੋ ਇਸ ਵਾਸਤੇ ਮੈਂ ਬੇਨਤੀ ਕਰਾਂ ਕਿ ਇਹਨਾਂ ਆਪਣੇ ਪਿੰਡ ਦੀਆਂ ਫਿਜ਼ਾਂ ਵਿੱਚ, ਇਹਨਾਂ ਗਲੀਆਂ ਵਿੱਚ, ਇਹਨਾਂ ਸਕੂਲਾਂ ਵਿੱਚ, ਇੱਥੇ ਬਹੁਤ ਸਾਰੇ ਉਹਨਾਂ ਦੇ ਕਲਾਸ ਫੈਲੋ ਹਮ ਜਮਾਤੀ ਗੁਰਮੁਖ ਪਿਆਰੇ ਬੈਠੇ ਨੇ ਜਿਨ੍ਹਾਂ ਦੇ ਨਾਲ ਪੜ੍ਹਦੇ ਰਹੇ, ਖੇਡਦੇ ਰਹੇ, ਪਰ ਇਹ ਸਾਨੂੰ ਸਭ ਨੂੰ ਫਖਰ ਹੈ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਨੇ ਐਸੀ ਪ੍ਰਭੂ ਭਗਤੀ ਦਾ ਆਨੰਦ ਮਾਣਿਆ, ਜਿਹੜਾ ਬਚਨ ਕਿਹਾ ਉਹਨੂੰ ਸਿਰੇ ਤੱਕ ਨਿਭਾ ਕੇ ਦੁਨੀਆਂ ਦੇ ਵਿੱਚ ਇੱਕ ਸੱਚ ਦੇ ਨਿਸ਼ਾਨ ਦਾ ਝੰਡਾ ਗੱਡ ਦਿੱਤਾ ਕਿ ਸੱਚ ਕਹੀ ਦਾ ਕਿਵੇਂ ਅਤੇ ਪਗਾਈ ਦਾ ਕਿਵੇਂ। ਬੇਅੰਤ ਹੋਰ ਗੱਲਾਂ ਨੇ ਜੋ ਲੋਕ ਕਹਿੰਦੇ ਨੇ ਕਿ ਸੰਤ ਹਿੰਦੂਆਂ ਦੇ ਦੁਸ਼ਮਣ ਸਨ, ਹਿੰਦੂਆਂ ਦੇ ਕਾਤਲ ਸਨ, ਸਭ ਝੂਠ ਹੈ। ਇਹੋ ਜਿਹੇ ਹਿੰਦੂ ਅੱਜ ਧਾਹਾਂ ਮਾਰਦੇ ਨਜ਼ਰ ਆਉਂਦੇ ਨੇ ਜਿਹੜੇ ਕਹਿੰਦੇ ਜੀ ਅੱਜ ਸੰਤ ਜਰਨੈਲ ਸਿੰਘ ਹੁੰਦਾ ਅਤੇ ਅੱਜ ਪੰਜਾਬ ਦੇ ਹਾਲਾਤ ਹੋਰ ਹੋਣੇ ਸਨ, ਹਿੰਦੂਆਂ ਦੇ ਪਰਿਵਾਰ ਇਹ ਕਹਿੰਦੇ ਨੇ। ਬੇਅੰਤ ਇਹੋ ਜਿਹੀਆਂ ਘਟਨਾਵਾਂ ਨੇ ਕਿ ਜੇ ਹਿੰਦੂ ਮਜ਼ਲੂਮ ਬਣ ਕੇ ਆਇਆ ਕਿ ਸੰਤ ਜੀ ਸਾਡੀ ਧੀ ਨੂੰ ਘਰੋਂ ਕੱਢ ਦਿੱਤਾ ਗਿਆ, ਸਾਡਾ ਜਵਾਈਓ ਸਾਨੂੰ ਤੰਗ ਕਰਦਾ ਹੈ, ਕੋਈ ਨਹੀਂ ਭਾਈ ਲਾਲ ਲਿਖਾਓ ਇੱਥੇ ਐਡਰੈਸ, ਐਡਰੈਸ ਲਿਖਾਇਆ। ਮੈਂ ਇੱਕ ਹੋਰ ਬੇਨਤੀ ਕਰਾਂ, ਜਿੰਨੀਆਂ ਵੀ ਸੰਤਾਂ ਵੱਲੋਂ ਪੰਚਾਂ ਸਰਪੰਚਾਂ ਨੂੰ ਜਾਂ ਇਹੋ ਜਿਹੀਆਂ ਚਿੱਠੀਆਂ ਲਿਖੀਆਂ ਜਾਂਦੀਆਂ ਸਨ, ਉਹਦੇ ਸ਼ਬਦ ਪੜ੍ਹ ਕੇ ਵੇਖਿਓ, ਬਹੁਤ ਹੀ ਸਤਿਕਾਰਯੋਗ ਸ਼ਬਦ ਲਿਖਦੇ ਹੀ ਸੰਤ, ਬਹੁਤ ਸਤਿਕਾਰ ਨਾਲ ਲਿਖਿਆ ਕਿ ਸਾਨੂੰ ਤੁਹਾਡੇ ਪ੍ਰਤੀ ਆਹ ਸ਼ਿਕਾਇਤ ਮਿਲੀ ਹੈ, ਤੁਸੀਂ ਇੰਨੇ ਦਿਨਾਂ ਦੇ ਵਿੱਚ ਆ ਕੇ ਇਸ ਸ਼ਿਕਾਇਤ ਬਾਰੇ ਆਪਣਾ ਪੱਖ ਰੱਖੋ, ਦੱਸੋ ਕੀ ਕਹਾਣੀ ਹੈ, ਕੀ ਤਕਲੀਫ ਹੈ, ਕੀ ਤੁਹਾਡਾ ਝਗੜਾ ਹੈ। ਅਤੇ ਫਿਰ ਇਹੋ ਜਿਹੇ ਬਚਨ ਕਹਿ ਦੇਣੇ, ਮੈਂ ਕਹਿੰਦਾ ਕੋਈ ਕਹਿ ਨਹੀਂ ਸਕਦਾ, ਸਾਡੇ ਵੇਖਣ ਦੀਆਂ ਗੱਲਾਂ। ਫਿਰੋਜ਼ਪੁਰ ਦਾ ਬੰਦਾ ਸੀ ਜਿਹਦੀ ਹਿੰਦੂਆਂ ਦੀ ਧੀ, ਉਹਦਾ ਹੀ ਜਵਾਈ ਘਰੋਂ ਕੁੱਟ ਕੇ ਕੱਢ ਦਿੱਤੀ ਸੀ ਉਹਨੇ, ਸੰਤਾਂ ਨੇ ਦੋਨੇ ਸੱਦੇ, ਉਹ ਦੂਸਰੇ ਕਮਰੇ 'ਚ ਬੈਠੇ, ਉਹ ਦੂਸਰੇ 'ਚ, ਪਹਿਲਾਂ ਕੁੜੀ ਵਾਲੇ ਨੂੰ ਸੱਦਿਆ, ਉਹਨੂੰ ਪੁੱਛਿਆ ਗੱਲ ਦੱਸੋ ਕੀ ਆ। ਉਹ ਬੀਬੀ ਨੇ ਦੱਸਿਆ ਕਿ ਅਸੀਂ ਤਾਂ ਸਧਾਰਨ ਗਰੀਬ ਹਾਂ, ਪਹਿਲਾਂ ਚੰਗਾ ਭਲਾ ਸਾਡਾ ਕਾਰੋਬਾਰ ਰਹਿੰਦੇ ਵੱਸਦੇ ਹਾਂ, ਪਰ ਹੁਣ ਛੋਟੀਆਂ ਛੋਟੀਆਂ ਮੰਗਾਂ ਵੀ ਸਾਨੂੰ ਸਾਈਕਲ ਲਿਆ ਕੇ ਦਿਓ, ਸਾਨੂੰ ਸਿਲਾਈ ਮਸ਼ੀਨ ਲਿਆ ਕੇ ਦਿਓ, ਅਸੀਂ ਇੰਨੇ ਜੋਗੇ ਹੈ ਨਹੀਂ। ਸੰਤ ਕਹਿੰਦੇ ਹੋਰ ਤਾਂ ਨਹੀਂ ਗੱਲ ਕੋਈ, ਕੋਈ ਤੁਹਾਡੇ ਜੀਵਨ ਪ੍ਰਤੀ, ਤੁਹਾਡੇ ਕਰੈਕਟਰ ਪ੍ਰਤੀ ਤਾਂ ਗੱਲ ਨਹੀਂ ਕੋਈ? ਕਹਿੰਦੇ ਨਹੀਂ, ਉਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਲਓ।
फिर दूसरा परिवार सद्या मुंडे वाला, मुंडा भी नाल सी, कहिंदे भाई दस की गल है, ਇਹ ਕੁੜੀ ਦੇ ਵਿੱਚ ਕੋਈ ਨੁਕਸ ਹੈ, ਇਹਦੇ ਜੀਵਨ ਦੇ ਵਿੱਚ ਕੋਈ ਘਾਟ ਹੈ? ਹੱਥ ਜੋੜੇ ਨਾਲੇ ਡਰੇ ਕੰਬੀ ਜਾਵੇ। ਸੰਤ ਕਹਿੰਦੇ ਡਰਨ ਦੀ ਲੋੜ ਨਹੀਂ, ਤੇਰੇ ਨਾਲ ਇਨਸਾਫ ਕਰਾਂਗੇ, ਜੇ ਤੂੰ ਸੱਚਾ ਤੇਰੇ ਨਾਲ ਵਧੀਕੀ ਹੋ ਰਹੀ ਆ ਉਹਦਾ ਵੀ ਹੱਲ ਕਰਾਂਗੇ। ਕਹਿੰਦੇ ਜੀ ਨਹੀਂ ਐਸੀ ਕੋਈ ਗੱਲ ਨਹੀਂ। ਕਹਿੰਦੇ ਫਿਰ ਤੂੰ ਸਿਲਾਈ ਮਸ਼ੀਨ ਮੰਗੀ ਆ, ਸਾਈਕਲ ਮੰਗਿਆ? ਕਹਿੰਦਾ ਜੀ ਮੰਗਿਆ। ਸਾਧ ਸੰਗਤ ਤੁਸੀਂ ਹੈਰਾਨ ਹੋਵੋਗੇ, ਸੰਤ ਕਹਿੰਦੇ ਇਹ ਅੱਜ ਤੋਂ ਮੇਰੀ ਧੀ ਆ ਤੇ ਤੂੰ ਮੇਰਾ ਜਵਾਈ ਆ, ਜੋ ਤੂੰ ਮੰਗਣਾ ਮੈਥੋਂ ਮੰਗ ਲਈ, ਜੋ ਲੈਣਾ ਲੈ ਲਈ, ਤੂੰ ਸਕੂਟਰ ਨਹੀਂ ਕਾਰ ਨਹੀਂ ਜੋ ਚਾਹੀਦਾ ਲੈ ਲਈ, ਪਰ ਇਹਨੂੰ ਤੰਗ ਨਾ ਕਰੀ, ਇਹਨੂੰ ਘਰੇ ਵਸਾ। ਤੇ ਉਹ ਕੁੜੀ ਨੂੰ ਵੀ ਕਿਹਾ ਕਿ ਇਹ ਮਾਨ ਨਾ ਕਰੀ ਕਿ ਮੈਨੂੰ ਪਿੰਡਰਾਂ ਵਾਲੇ ਦੀ ਥਾਪੜੀ ਮਿਲ ਗਈ ਆ, ਨਹੀਂ ਆਪਦੀ ਸੱਸ ਨੂੰ ਮਾਂ ਸਮਝੀ, ਸਹੁਰੇ ਨੂੰ ਪਿਓ ਸਮਝੀ, ਸੇਵਾ ਕਰੀ, ਅੱਜ ਤੱਕ ਦੋਵੇਂ ਪਰਿਵਾਰ ਵਸਦੇ ਰਸਦੇ। ਇਹੋ ਜਿਹੀਆਂ ਘਟਨਾਵਾਂ ਹੈ ਸਾਧ ਸੰਗਤ, ਜਿਹਦਾ ਐਵੇਂ ਝੂਠਾ ਪ੍ਰਚਾਰ ਕਰ ਦਿੱਤਾ ਗਿਆ ਕਿ ਸੰਤ ਸਿੰਧੂਆਂ ਦੇ ਦੁਸ਼ਮਣ ਨੇ। ਸੰਤਾਂ ਦੀ ਕੈਸਟਾਂ ਸੁਣੋ, ਕਹਿੰਦੇ ਸੱਚਾ ਸਿੱਖ ਬਣੋ, ਸੱਚਾ ਹਿੰਦੂ ਬਣੋ, ਸੱਚਾ ਮੁਸਲਮਾਨ ਬਣੋ, ਸੱਚਾ ਈਸਾਈ ਬਣੋ, ਇਹ ਤਾਂ ਉਹਨਾਂ ਦੀਆਂ ਧਾਰਨਾ ਸਨ। ਇਸੇ ਕਰਕੇ ਇਹ ਸੱਚਾਈ ਦਿਨੋਂ ਦਿਨ ਉਜਾਗਰ ਹੋਵੇ, ਦਿਨੋਂ ਦਿਨ ਉਜਾਗਰ ਹੋਵੇ। ਅੱਜ ਭਾਵੇਂ ਕਾਫੀ ਲੰਮੇ ਸਮੇਂ ਬਾਅਦ ਇਸ ਗੁਰਦੁਆਰਾ ਸੰਤ ਖਾਲਸਾ ਦੀ ਸੰਪੂਰਨਤਾ ਹੋਈ, ਪਰ ਸਾਧ ਸੰਗਤ ਅੱਜ ਦੁਨੀਆਂ ਦੇ ਵਿੱਚ ਇਸ ਚੀਜ਼ ਦੀ ਖੁਸ਼ੀ ਆ। ਇਕੱਲੇ ਆਪਣੇ ਨਗਰ ਨਹੀਂ, ਆਪਣੇ ਨਗਰ ਦਾ ਤਾਂ ਬੱਚਾ ਬੱਚਾ ਖੁਸ਼ ਹੈ ਕਿ ਸਾਡੇ ਪਿੰਡ ਵਿੱਚ ਉਸ ਮਹਾਂਪੁਰਖ ਦਾ ਜਨਮ ਸਥਾਨ ਬਣਿਆ, ਗੁਰਦੁਆਰਾ ਬਣਿਆ। ਪਰ ਦੁਨੀਆਂ ਭਰ ਦੇ ਵਿੱਚ ਇਸ ਚੀਜ਼ ਦੀ ਅੱਜ ਤਸੱਲੀ ਪ੍ਰਗਟਾਈ ਗਈ ਆ ਕਿ ਉਹਨਾਂ ਦੇ ਜਨਮ ਨਗਰ ਨੇ ਇਕੱਠਿਆਂ ਹੋ ਕੇ ਉਸ ਗੁਰਦੁਆਰਾ ਸਾਹਿਬ ਦਾ ਉਦਘਾਟਨ ਕਰਨ ਵਾਸਤੇ ਤਹੀਆ ਕੀਤਾ ਹੈ। ਵੱਡੇ ਪੰਡਾਲ ਸਜਾਏ ਰਹੇ ਨੇ, ਪੰਥ ਨੂੰ ਸੱਦਿਆ ਜਾ ਰਿਹਾ ਹੈ ਕਿ ਇੱਥੇ ਸੰਤ ਮਹਾਂਪੁਰਖਾਂ ਦੇ ਜਨਮ ਸਥਾਨ ਦੇ ਉੱਪਰ ਇਹ ਗੁਰਦੁਆਰਾ ਸਾਰ ਕੇ ਇੱਕ ਸਿੱਖੀ ਦਾ ਕੇਂਦਰ ਬਣੇ। ਸਾਧ ਸੰਗਤ ਇੱਥੇ ਹਰ ਮੱਸਿਆ ਤੇ, ਵਾਹਿਗੁਰੂ ਹਰ ਸੰਗਰਾਂਦ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ। ਆਹ ਜਿਹੜੀਆਂ ਹੁਣ ਸੰਗਤਾਂ ਆ ਰਹੀਆਂ ਨਾ, ਰੋਜ਼ ਪੁੱਛਦੀਆਂ ਵੀ ਅੰਮ੍ਰਿਤ ਸੰਚਾਰ ਹੋਊਗਾ ਜੀ ਇਸ ਪ੍ਰੋਗਰਾਮ ਤੇ? ਤੇ ਫਿਰ ਮਹਾਂਪੁਰਖਾਂ ਨੇ ਪ੍ਰੋਗਰਾਮ ਬਣਾਇਆ ਹੈ ਕਿ 24 ਫਰਵਰੀ ਨੂੰ ਇੱਥੇ ਅੰਮ੍ਰਿਤ ਸੰਚਾਰ ਹੋਊਗਾ। ਇਹ ਸਪੈਸ਼ਲ ਵਿਸ਼ੇਸ਼ ਤੌਰ ਤੇ ਤੁਹਾਡੀਆਂ ਭਾਵਨਾ ਨੂੰ ਮੁੱਖ ਰੱਖਦੇ ਹੋਏ ਆ, ਵੈਸੇ ਤੇ ਹਰ ਸੰਗਰਾਂਦ ਨੂੰ ਹੁੰਦਾ। ਫਿਰ ਇੱਥੇ ਸਾਡੇ ਹੈੱਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਜੀ, ਸਾਧ ਸੰਗਤ ਜੀ, ਸੰਥਿਆ ਦਾ ਪ੍ਰਬੰਧ ਕੀਤਾ ਗਿਆ, ਗੁਰਬਾਣੀ ਦੀ ਸੰਥਿਆ ਫ੍ਰੀ, ਅੱਠੇ ਪਹਿਰ ਜਦੋਂ ਮਰਜ਼ੀ ਕਹੋ ਕਲਾਸ ਲਾਉਣੀ ਕਲਾਸ ਲਾਓ। ਜੇ ਕਿਸੇ ਨੇ ਕੀਰਤਨ ਸਿੱਖਣਾ, ਕੀਰਤਨ ਦਾ ਪ੍ਰਬੰਧ ਕੀਤਾ ਜਾਓ। ਆ 4-5 ਦਿਨ ਪਹਿਲਾਂ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਰਹੇ ਨੇ ਪਟਿਆਲਾ ਯੂਨੀਵਰਸਿਟੀ ਦੇ, ਰਾਜਦੂਤ ਵੀ ਰਹੇ ਨੇ, ਬੜੇ ਸਿਆਣੇ ਸੁਲਝੇ ਹੋਏ ਵਿਦਵਾਨ ਨੇ, ਉਮੀਦ ਹੈ ਕੱਲ੍ਹ ਨੂੰ ਆਉਣਗੇ। ਉਹ ਮੈਨੂੰ ਕਹਿੰਦੇ ਸਿੰਘ ਸਾਹਿਬ ਜੀ, ਸੰਤਾਂ ਦਾ ਬਹੁਤ ਵੱਡਾ ਨਾਂ ਹੈ ਦੁਨੀਆਂ 'ਚ, ਬਹੁਤ ਵੱਡਾ, ਅਤੇ ਤੁਸੀਂ ਕੁਛ ਇਹੋ ਜਿਹਾ ਕੰਮ ਕਰੋ ਜਿਹੜੇ ਇਸ ਨਾਂ ਨੂੰ ਹੋਰ 4 ਚੰਨ ਲੱਗਣ। ਮੈਂ ਕਿਹਾ ਡਾਕਟਰ ਸਾਹਿਬ, ਅਸੀਂ ਤਾਂ ਧਾਰਮਿਕ ਵਿਅਕਤੀ ਹਾਂ, ਕਥਾ ਕੀਰਤਨ ਦਾ ਹੀ ਪ੍ਰਬੰਧ ਕਰ ਸਕਦੇ ਹਾਂ, ਤੁਸੀਂ ਜ਼ਿਆਦਾ ਪੜ੍ਹੇ ਲਿਖੇ ਹਾਂ, ਵਿਦਵਾਨ ਹੈ, ਕੋਈ ਚੰਗੀ ਸਲਾਹ ਦਿਓ, ਕੋਈ ਚੰਗਾ ਉੱਦਮ ਕਰੋ, ਅਤੇ ਕਰ ਤਾਂ ਸੰਗਤਾਂ ਨੇ ਆਪੇ ਹੀ ਦੇਣਾ ਫਿਰ। ਮੈਂ ਕਿਹਾ ਤੁਸੀਂ ਦੱਸੋ। ਕਹਿੰਦੇ ਮੈਂ ਉੱਥੇ ਆ ਕੇ ਦੱਸਾਂਗਾ ਵੀ ਕੀ ਕਰਨਾ ਚਾਹੀਦਾ। ਉਹ ਕਹਿੰਦੇ ਜਦੋਂ ਆਪਾਂ ਹਿੰਦੁਸਤਾਨ ਦੇ ਅੰਕੜੇ ਪੜ੍ਹਦੇ ਹਾਂ ਨਾ, ਤੇ ਕਹਿੰਦੇ ਮੇਰਾ ਦਿਲ ਰੋਂਦਾ, ਦਿਲ ਕਹਿੰਦੇ ਯਾਰ ਕੀ ਅੰਕੜੇ ਆਏ, 300 IPS ਅਫੀਸਰ ਬਣਿਆ ਤੇ ਇੱਕ ਸਿੱਖ ਹੈ ਵਿੱਚ, ਕਹਿੰਦੇ ਇੱਕ, ਤੇ 2 ਕੁੜੀਆਂ IAS ਹੈ ਸਿੱਖਾਂ ਦੀਆਂ, ਬਾਕੀ ਕੋਈ IPS ਤੇ IAS ਹੈ ਹੀ ਨਹੀਂ। ਕਹਿੰਦੇ ਜਿਨ੍ਹਾਂ ਨੇ ਰਾਜ ਕਰਨਾ ਹਿੰਦੁਸਤਾਨ ਤੇ, ਕਿਸੇ ਨੇ DC ਬਣਨਾ ਹੈ, ਕਿਸੇ ਨੇ ਕੁਛ ਬਣਨਾ ਹੈ, ਕਿਸੇ ਨੇ SSB ਬਣਨਾ ਹੈ, ਕਿਸੇ ਨੇ DGP ਬਣਨਾ ਹੈ, ਕਹਿੰਦੇ ਕੌਣ ਬਣੂਗਾ? ਕਹਿੰਦੇ ਇਹੋ ਜਿਹੀ ਇੱਕ ਆਪਾਂ ਇੰਸਟੀਚਿਊਟ ਖੋਲ ਦਈਏ, ਇੱਥੇ ਸੰਸਥਾ ਖੋਲ ਦਈਏ ਕਿ ਪੰਜਾਬ ਵਿੱਚੋਂ ਹੁਸ਼ਿਆਰ ਬੱਚਿਆਂ ਨੂੰ ਫੜੀਏ, ਉਹਨਾਂ ਨੂੰ ਅੰਮ੍ਰਿਤਧਾਰੀ ਕਰੀਏ, ਗੁਰਮਤਿ ਦੀ ਸਿੱਖਿਆ ਦੇਈਏ, ਉਹਨਾਂ ਦਾ ਸਾਰਾ ਖਰਚਾ ਆਪ ਕਰੀਏ, ਅਤੇ ਉਹਨਾਂ ਦੀ ਟੀਚਿੰਗ ਦਾ, ਉਹਨਾਂ ਦੀ ਪੜ੍ਹਾਈ ਦਾ ਚੰਗਾ ਪ੍ਰਬੰਧ ਕਰੀਏ ਦੁਨੀਆ ਲੈਵਲ ਦਾ, ਅਤੇ ਉਹ ਬੱਚੇ ਫਿਰ ਆਪਣੇ ਇਸ ਸੈਂਟਰ ਵਿੱਚੋਂ
पेपर देन जान कहिंदे चार चार बार आपां उहनां दे पहले पेपर आप लईए आपां नूं पता लगे कि आई पी एस दा पेपर देन वास्ते तैयार हैगा जिहनूं आपां पास कर दईए फेल नहीं हुंदा फिर उह कहिंदे फिर आपां उहदी तैयारी करके पता लगे भी संत जरनैल सिंह खालसा की संस्था विचों ये पढ़िया होया बंदा डीसी बनिया ए एस एस पी बनिया मैं डॉक्टर साहब आओ कल नूं प्रोग्राम है तुसीं आओ इहो जिहे सुझा दिओ ते सतगुरु आपे कृपा करनगे महाराज कृपा करो सो इहो जिहियां साध संगत ये महापुरखां की कमाई उहनां दी है ते कृपा अपने सारे नगर ते नगर की जिन्नी डिवेलपमेंट हो रही है जो कुछ इत्थे बनन जा रहा है ये उहनां दी बदौलत है सो इस वास्ते आपां जिन्ना भी उन्हां दा आदर मान सत्कार कर लईए उन्ना ही थोड़ा है सो कल दा जिहड़ा प्रोग्राम है वो तुहानू सारयां नू पता है आपां सारयां ने आपो अपनियां ड्यूटियां किसी ने पानी पिआउण दी ड्यूटी किसी ने लंगर छकाउण दी ड्यूटी पहले लगियां होईयां तुहाडियां ड्यूटियां नौजवानां नू विशेष तौर ते बेनती है कि वध तों वध समां सारा ही समा जिन्ना समा आपां पंडाल चलाउणा है ना आपां सेवा विच हाजर रहीए सतगुरु जी कृपा करनगे दास तों बोलदिआं तों बेनती गलतियां भुल्लां होईआं मैं अखीर विच इक बेनती करके समाप्ति करदा कि अपने पिंड दा कोई नौजवान ऐसा ना दिसे जिहदे दाड़ी ना होवे जिहदे केस कट्टे वे होण क्योंकि जदों नाल जुड़दा ना भी संत बाबा जरनैल सिंह खालसा दा पिंड आ ते फिर गल दी होर तरह बन जांदी आपां इक इहो जी फिजा तैयार कर दिओ रोडियां दी कि सारे अमृतधारी होई हर घर विच नितनेम होवे हर बच्चा जपजी साहब जानदा होवे ते हर नौजवान नशियां तों रहत होवे साबत सूरत होवे ते फिर ते भाई आपां नूं इह संतां दे प्रति ऐन सच्चा ते सुच्चा प्यार भावना होगी नहीं ते इक विखावा जिहा रहि जाऊ इस वास्ते मेरी सारयां नूं बेनती है कि आपां तैयार बर तैयार होईए नितनेमी बणीए अते तैयार बर तैयार होके खंडे बाटे दा अमृत छकीए सो ये सारा प्रबंध संत बाबा हरनाम सिंह जी खालसा पिंडरां वाले महापुरखां ने अपनी सोच राही क्योंकि मैं भी बेनती करां जदों 1992 विच ये अमेरिका विच सन ते मैनूं मिलण आए मैं पिछली बार भी ये गल कही सी मैनू कहिंदे सिंह साहब जिहड़ी जिथे संतां दा जन्म होया ना जे उह घर दी जगह तुसीं मैनू दे दिओ ते मैं उत्थे गुरुद्वारा साहब बनाउणा संतां दी याद बनाउणी उदों तां याद चित नहीं सी भी इन्हां ने मुखी बनना दमदमी टकसाल दा उदों पिंड आए असीं इत्थों दी गेड़ा कढ़िया मैं दस्सिया भी आह साडा घर सी बस इन्नी गल होई फिर उह चले गए फिर एक दो वारी फोन ते गल होई आंदे मेरे मन की बहुत तमन्ना है कि इत्थे गुरुद्वारा साहब बने संतां दी याद बने समा लंघता गया अकाल पुरख ने उहनां नूं इह सेवा बख्शी दमदमी टकसाल दे मुखी बने फिर उन्होंने यह तमन्ना अपनी जाहर की कहिंदे हुण जे तुसीं सारा परिवार मैनूं इजाजत दिओ तां आपां इत्थे गुरुद्वारा साहब बनाईए सत्संग फिर इहदी रंभता होई इहदे दरम्यान होर सभावां जिहड़ी शहीदां दी यादगार संत बाबा जरनैल सिंह खालसा दी याद विच श्री हरिमंदर साहब दे कोल बनाई है उह सीथड़ा साहब दी सेवा सी इह तद के सभावां करके इहनूं थोड़ा जिहा डिले हो गया टाइम लग गया पर बड़ी रूह दे नाल बड़ी श्रद्धा दे नाल उहनां ने इह सेवा सिरे चढ़ाई है उहनां दा वी बहुत बहुत धन्नवाद है ते गांह वाला प्रोग्राम जिन्हां दे विच काफ़ी समा सेवा संत बाबा सरजीत सिंह जी सोधी उहनां ने विशेष तौर ते इत्थे परंपरा आरंभ करती नितनेम दी संगरांद दी अमृत छकाउण दी संथिया देण दी उहनां दा वी बहुत वड्डा योगदान है सो ये सारे रल मिल के होर देशां विदेशां दे विचों जिन्हां गुरमुखां ने सेवा कीती सारयां दा ही महापुरख आप धन्नवाद कर देणगे दास वल्लों वी बहुत बहुत धन्नवाद है जिन्हां ने यह सेवा निभाई दर्शन दीदारे कीते सेवा च हिस्सा पाया सब दा भाई बहुत बहुत धन्नवाद है भुल्लां चुक्कां दी खिमा बख्शिश करो कल दे समागम दीआं तैयारियां करो आपां गज वज के चढ़दी कला दे नाल कल दा समागम मनाउणा है सरबत संगत गज के फतेह बुलाओ वाहिगुरु जी का खालसा वाहिगुरु जी की फतेह।
ਕਿੱਥੋਂ ਸਫ਼ਰ ਕਰਨ ਕਰਨਾ? ਮਾਲਟਨ ਦੀਆਂ ਸੰਗਤਾਂ ਨੇ, ਮਾਲਟਨ ਦੀਆਂ ਸੰਗਤਾਂ ਨੇ ਕੁਝ ਮਾਇਆ ਭੇਜੀ ਹੈ, ਜਿਨ੍ਹਾਂ ਬੱਚਿਆਂ ਨੇ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ ਹੈ ਅਤੇ ਸੰਥਿਆ ਕਰ ਰਹੇ ਨੇ, ਉਹਨਾਂ ਨੂੰ ਸਨਮਾਨ ਵਜੋਂ ਉਹਨਾਂ ਨੇ ਥੋੜ੍ਹੀ ਥੋੜ੍ਹੀ ਮਾਇਆ ਬੱਚਿਆਂ ਦਾ ਹੌਸਲਾ ਵਧਾਉਣ ਵਾਸਤੇ ਇਹ ਮਾਇਆ ਅਰਪਣ ਕੀਤੀ ਹੈ। ਇਹ ਬਾਬਾ ਜੀ ਦੱਸ ਦੇਣਗੇ ਹੁਣੇ ਸਨਮਾਨ ਕਰਨਾ, ਹੁਣੇ ਕਰਨਾ, ਹੁਣੇ ਕਰਨਾ ਜੀ, ਬੱਚਿਆਂ ਦੱਸਿਆ ਪਹਿਲਾਂ। ਠੀਕ ਆ, ਸਾਰੇ ਵਿਦਿਆਰਥੀ ਇੱਥੇ ਹਾਜ਼ਰ ਹੀ ਹੈ, ਬਹੁਤਾ ਚਿਰ ਨਹੀਂ ਲੱਗਣਾ ਸਾਧ ਸੰਗਤ, ਥੋੜ੍ਹਾ ਸਮਾਂ ਹੋਰ ਦਿਓ, ਉਹਨਾਂ ਬੱਚਿਆਂ ਦੇ ਨਾਮ ਬੋਲੇ ਜਾਣਗੇ, ਸਾਰਿਆਂ ਦੇ ਨਾਮ ਬੋਲ ਦਿਓ, ਉਹਨਾਂ ਨੂੰ ਇੱਥੇ ਲਾਈਨ 'ਚ ਖੜ੍ਹੇ ਕਰਕੇ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਸਨਮਾਨਿਤ ਕਰ ਦਿੰਦੇ ਹਾਂ, ਕਿਉਂਕਿ ਸਮਾਂ ਕਾਫੀ ਹੋ ਗਿਆ। ਬਾਬਾ ਜੀ ਨੂੰ ਬੇਨਤੀ ਹੈ ਕਿ ਸਾਰੇ ਭਜੰਗੀਆਂ ਦਾ, ਬੀਬੀਆਂ ਦਾ ਨਾਂ ਬੋਲ ਦਿਓ, ਤਾਂ ਕਿ ਜੋ ਮਾਲਟ ਦੀ ਸੰਗਤ ਨੇ ਇਹ ਉਪਰਾਲਾ ਕੀਤਾ ਹੈ, ਉਹਨਾਂ ਗੁਰਮੁਖਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਇੱਕ ਉਤਸ਼ਾਹ ਹੁੰਦਾ, ਉਹਨਾਂ ਨੇ ਉਤਸ਼ਾਹ ਵਾਸਤੇ ਆਪਣੀ ਦਸਾਂਵਾਂ ਦੀ ਕਿਰਤ ਵਿੱਚੋਂ ਇਹ ਮਾਇਆ ਭੇਜੀ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੀਵਨ ਦੇ ਬਾਰੇ ਦੱਸਿਆ। ਸਿੰਘ ਸਾਹਿਬ ਜੀ ਦਾ ਸਮੂਹੀ ਸੰਗਤਾਂ ਦੇ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂ, ਜਿੰਨੀਆਂ ਵੀ ਮਾਲਟਨ ਦੀਆਂ ਸੰਗਤਾਂ ਨੇ, ਜਿਹੜੇ ਬੱਚੇ ਮਹਾਂਪੁਰਖਾਂ ਦੇ ਸਥਾਨਾਂ 'ਤੇ ਗੁਰਬਾਣੀ ਦੀ ਸੰਥਿਆ ਕਰ ਚੁੱਕੇ ਹਨ ਅਤੇ ਜਿਹੜੇ ਬੱਚੇ ਗੁਰਬਾਣੀ ਦੀ ਸੰਥਿਆ ਕਰ ਰਹੇ ਨੇ, ਉਹਨਾਂ ਨੂੰ ਕੁਝ ਮਾਇਆ ਦੇਣੀ ਹੈ। ਮੈਂ ਬੇਨਤੀ ਕਰਾਂ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀਆਂ ਨੂੰ ਉਹ ਸਟੇਜ ਤੋਂ ਥੱਲੇ ਜਾ ਕਰਕੇ ਬੱਚਿਆਂ ਨੂੰ ਆਸ਼ੀਰਵਾਦ ਦੇਣ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ। ਬੋਲੇ ਸੋ ਨਿਹਾਲ, 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 ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਇਹ 54 ਬੱਚੇ, 50 ਤੇ 4, 54 ਜਿਹਨੇ ਹੋਰ ਜਿਹਨੇ ਸੰਥਿਆ ਕਰਨੀ ਹੈ, ਉਹ ਬਾਬਾ ਜੀ ਤੋਂ ਟਾਈਮ ਲੈ ਕੇ ਕਲਾਸ ਦਾ ਕੀ ਸਮਾਂ ਹੋ ਸਕਦਾ ਹੈ, ਕਿੰਨੇ ਵਜੇ ਪੜ੍ਹਾਇਆ ਜਾ ਸਕਦਾ, ਬੀਬੀਆਂ ਦਾ ਸਮਾਂ ਅਲੱਗ ਹੋ ਸਕਦਾ, ਸਿੰਘਾਂ ਦਾ ਅਲੱਗ ਹੋ ਸਕਦਾ। ਇਹ 'ਚ ਉਮਰ ਦੀ ਗੱਲ ਕੋਈ ਨਹੀਂ ਕਿ ਬੱਚੇ ਹੀ ਕਰ ਸਕਦੇ ਸੰਥਿਆ, ਵੱਡੇ ਵੀ ਕਰ ਸਕਦੇ ਆ।
क्योंकि सिख सिख्यार्थी हुंदा हमेशा ही, जिन्हें पंजा बाणियां दी संथ्या लैनी है, रह रस दी, सुखनी साहब दी वह भी लै सकते हैं, सारी गुरु ग्रंथ साहब की संथ्या करनी तां वी इन्हां विच्चों 15 सिंह बच्चे इहो जिहे ने जिन्हां ने संथ्या एक बारी संपूर्ण कर ली है। बोले सो निहाल, ये बहुत खुशी की गल है, ये प्राप्ति है। मैं कहना ये बाबा सरजीत सिंह सोधी जी की कमाई नूं फल लगा। सो होर भी जिन्हां ने संथ्या करनी पाई वह बाबा जी दे नाल सलाह करके समा लैके आप अपने बच्चों नूं वध तो वध पढ़ाओ, वध तो वध हर घर का बच्चा, जिहड़े घर का बच्चा संथ्या कर गया ना वह घर सुधर जाएगा पक्का। इस वास्ते जी आप चाहते हैं कि साडा घर सुधरे, साडे घर में सुख शांति रवे, साडा घर नशियां तो दूर रवे, तो फिर किड्डी गल है भाई। बच्चे नूं भेजो बाणी पढ़न। आओ हुण सारे अरदास विच जुड़िए, भुल्लां चुक्कां दी खिमा करनी। तू ठाकर तुम पहे अरदास, तुम मात पिता कोई न जाने तुमरायन, सगल समगरी तुमरे सूतर तारी, तुम ते होए सो तुमरी गात मित तुम ही जानी, नानक दास तुद आ गए यार दास हमारी, जियो पिंड साब कहो नानक साब तेरी वड्याई, कोई नाओ न वाहिगुरु 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 वाहिगुरु। एक ओंकार श्री वाहिगुरु जी की फतेह। श्री भगवती जी सहाय वार, श्री भगवती जी की पातशाही दसवीं, प्रथम भगवती सिमर कै गुरु नानक लईं ते आए, फिर अंगद गुरु ते अमरदास रामदासें हुई सहाय, अर्जन हर गोबिंदनौ सिमराउ श्री हर राय, श्री हर कृष्ण ते आई है जिस डिठे सब दुख जाए, तेक बहादुर सिमरिय करनाउ निद आवै ताए, सब थाई हुई सहाय, दसवें पातशाह श्री गुरु गोविंद सिंह साहिब जी सब थाई हुई सहाय, दसां पातशाहियां दी जोत श्री गुरु ग्रंथ साहिब जी दे पाठ दर्शन दीदार दा ध्यान धरके बोलो जी। पंजा प्यारियां चौहां साहिबजादियां, चाली मुक्तियां हठियां जपियां तपियां, जिन्हां नाम जपिया वंड छकिया, देख चलाई देख वाही देख के अंडिठ कीता, तिन्हां प्यारियां सचियारियां दी कमाई दा ध्यान धरके खालसा जी बोलो जी। जिन्हां सिंघां सिंघनियां ने धर्म हेत शीस दिते, बंद बंद कटाए खोपरियां लोहाइयां चरखड़ियां ते चढ़े, तन आरियां नाल चराए गए गुरुद्वारियां दी सेवा लई कुर्बानियां कीतियां, धर्म नहीं हारिया सिखी केसां सुवासां नाल निवाही, तिन्हां प्रातन ते वर्तमान समें दे सरबत शहीदां दी कमाई दा ध्यान धरके बोलो जी। पंजा तख्तां सरबत गुरुद्वारियां दा ध्यान धरके बोलो जी। प्रथमै सरबत खालसा जी की अरदास है जी, सरबत खालसा जी को वाहिगुरु वाहिगुरु वाहिगुरु। चित आवे चित आवन का सदका सर्व सुख होवे, जहां जहां खालसा जी साहिब तहां तहां रचिया रियायत, देग तेग फतेह बिरद की पैज पंथ की जीत, खालसा जी के बोल बाले बोलो जी। सिखा नू सिखी दान केस दान रह दान वसाह दान भरोसा दान दाना सरदान नाम दान, श्री अमृतसर साहिब जी के दर्शनी स्नान, चौंकियां झंडे बुंगे जुगो जुग अटल धर्म का जकार बोलो जी। सिखा दा मन नीमा मत उची मत पत के राखे आप अकाल पुरख वाहिगुरु जीओ, ये निमाणियां दे माण नेताणियां दे तान नियोटियां दी ओट, धन धन श्री गुरु नानक साहिब जीओ, धन धन साहिब श्री गुरु गोबिंद सिंह साहिब जीओ, धन धन श्री गुरु ग्रंथ साहिब सचे पातशाह गरीब निवाज, आप जिया दे चरणा कमला विखे अरदास बेनती जोधरी है महाराज, आप जिया के दरों करों बरसाए हुए
श्रीमान संत ज्ञानी जरनैल सिंह जी खालसा पिंडरां वाले महापुरख उन्हां महापुरखां दे पावन अस्थानां ते सतगुरु गरीब नवाज जी आप जीआं दी अपार कृपा दे सदका सलाना गुरमुख समागम चल रहे ने महाराज अज छेवें दिन दा जिहड़ा समागम है आप जी दी कृपा दे नाल संपूर्ण होया है। आप जीआं दे शुरू प्रकाश करदिआं तों कीर्तन करदिआं तों कथा विचार करदिआं तों होईआं बेअंत भुल्लां चुकां दी खिमा अगे तो समत बख्शनी जी पढ़ी सुनी बाणी कथा कीर्तन दा भाव दर आईआं संगतां नूं बख्शिश करना दरों करो गुरसिखी नाम दीआं दातां बख्शिश करके निहालो निहाल करना जिन्हें भी सेवादार वीर माइया बीबिया भैं सेवा निभा रही ने महाराज सब दिया सेवावां अपने दर ते प्रवान करनिया महाराज कल नू महापुरखां दे स्थान ते श्री अखंड पाठ साहिबां दे भोग पैने ने उपरंत खालसा स्टेडियम विखे महान गुरमत समागम होने ने आप जिया ने कृपा करनी आप जिया ने मेहर करके महाराज अपना कार्ज आप ही करवा लैना संगतां दे अंदर प्यार उत्साह बख्शिश करना आप जिया दी पावन पवित्र हजूरी अंदर कड़ा प्रसादी देग सजा करके हाजिर है आप जी करो कृपा करी पाकसाल सोच पवित्रा हुन लाभ भोग हर राय लग्या होया भोग समूही संगत विच वरते जो जी शके आप जी दा पवित्र नाम वाहे गुरु जपे पावन श्री मुख वाक दी दात बख्शिश करके निहाल करो जी से प्यारे मेल जिन्ना मिलिया तेरा नाम चितावे नानक नाम चढ़दी कर वाहिगुरु जी का खालसा वाहिगुरु जी की फतेह दोहरा आग्या पई अकाल की सब सिखन को हुक्म है गुरु ग्रंथ जी मानी है प्रगट गुरां की जो प्रभु को मिले उच है खोज राज करेगा खालसा आकी रहे नख क्वार होए सब मिलेंगे बचे शरण जो होए वाहि गुरु नाम जहाज है चढ़े सो तरे पार जो श्रद्धा कर सेवंदे बोले सो निहार वाहिगुरु जी का खालसा वाहिगुरु जी की फतेह नाम श्री वाहिगुरु साहिब जी धन जियो तेह को जग मैं मुख ते हर चित मैं जुद बिचार देह अनित नानित रह जस नाव चढ़ै पव सागर तार तीरज धाम बनाए इह तन बुद्ध सो दीपक ज्यो जियार ज्ञान की बढ़नी मन हो हाथ लै कातरता कुतवार बुहार सूरा सो पहचानी जो लरै दीन के हेत पुरजा पुरजा कट मर कबहू ना छड खेत सज्जन सच्चा पात साहो सिर साहा दा साहो जिस पास बैठिया सोहिया सबना दा वेसाहु सतनाम श्री वाहे गुरु साहिब जी जैत सरी महला चौथा हर 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 नाम जपाहा
गुरमुख नाम सदा लै लाहा, हर 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 नाम जपाहा। गुरमुख नाम सदा लै लाहा, हर 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 भगत दृढ़ावहो। हर हर नाम उमाहाराम, हर हर नाम दयाल तिहाहा। हर कै रंग सदा गुण गाहा, हर 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 जस कुमर पावहो। मिल सत संग उमाहाराम, आओ सखी हर मेल मिलाहा। सुन हर कथा नाम लै लाहा, हर हर कृपा धार गुर मिलहो। गुर मिले हर उमाहाराम, कर कीरत जस अगम अथाह। खिन खिन राम नाम गावाह, मोकाओ तार कृपा मिली है गुरदाते। हर नानक भगतो महाराम, कर कीरत जस अगम अथाह। खिन खिन राम नाम गावाह, मोकाओ तार कृपा मिली है गुरदाते। हर नानक भगतो महाराम। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। जिन्निया भी संगतां महापुरखां दे स्थान ते समागमां अंदर हाजरियां भर रहियां ने, सारियां संगतां दा बहुत बहुत धन्नवाद। कुछ वीर नेड़े दे पिंडां तों भी आए ने, जिन्हां दे विच भाई साधु सिंह जी तम्मू, इसे तरह भाई गुरदयाल सिंह जी लंगेआणा, कुछ वीर राजस्थान तों हाजरियां भर रहे ने। सारियां संगतां दा, सारियां वीरां दा दमदमी टकसाल दे वल्लों, सिंह साहिबान जीआं वल्लों, सारियां संगतां वल्लों बहुत बहुत धन्नवाद। कुछ दास ने बेनतियां करनियां कल दे समागम बारे कि जिन्ने भी नौजवान वीर ने, यह महापुरखां वल्लों दास नूं हुक्म होया है, मैं आप संगतां दे चरणां विच अर्ज कर रहा हाँ, बेनती कर रहा हाँ कि नौजवान वीर अपने सिरां ते केसरी दस्तारां सजाउण, अते बीबियां केसरी चुनिया केसरी जिहड़े परने ने ओह लैणा करन, अते जिन्हां दे घरां विच लड़ियां ने अज रात नूं दीपमाला करो। कारण की है? कल नूं 20वीं सदी दे महान जरनैल मर्दे मुजाहर अमर शहीद जिदे वास्ते बाबा कबीर साहब कहिंदे ने, गगन दमामा बाजिओ परिओ निशाने काओ, खेत जो मांडिओ सूरमा अब जुजन को दाओ। ऐसे महान सूरबीर महापुरखां दे स्थान ते, महापुरखां दे स्थान दा उद्घाटन होना है। सारियां संगतां ने भाई जिहड़ी फिरनी है वह भी साफ करनी है, क्योंकि देशां विदेशां दे अंदरों संगतां ने हाजरियां भरनियां। जदों देशां दीआं होरां नगरां दीआं संगतां आउण ते उहनां नूं पता लगे कि वाकई बाबा जरनैल सिंह दे वारस ने, इह दास दी बेनती नूं प्रवान करना जी। इह बेनती दमदमी टकसाल दे वल्लों महापुरखां वल्लों है।
और बड़े चढ़ते कला दे नाल आपां कल वाला समागम मनाउणा है। जिवें आप संगतां ने पिछले दीवाना अंदर बड़ा ही प्यार दे नाल हाजरियां भरियां, इसे तरह भाई कल नूं अखीरला दीवान है जिन्हां दीवाना दी आरंभता 10 बजे होवेगी, 3 बजे समाप्ति होवेगी। ये जो समागम है चढ़दी कला टाइम टीवी ते लाइव भी चलणगे, अते दूसरा टीवी है आवाज़ कौम अते होर बड़े टीवी जेड़े ने वह भी वीर पहुंचणगे। इस करके सारा जेड़ा समागम है ये सारे दुनिया के लोगों ने वेखना है ते आपां कल नूं विखाउणा है कि आपां जरन बाबा जरनैल सिंह दे वारस हाँ। ये समागम के अंदर चढ़ करके चढ़दी कला दे नाल पई हाजरियां भरनियां, सेवावां करनियां, सतगुरु महाराज कृपा करन, गुरु की देग वरत रही है। देगां तो बाद दीन दुनिया के मालक गुरु ग्रंथ साहिब सच्चे पातशाह अपने स्थाना ते जाणगे, उस तो बाद सारिया संगतां ने भाई इत्थे ही पंडाला इत्थे ही पंगतां सजा लैणियां, गफ्फा पाणी चाह पाणी छक करके जाणा। एक दूसरी बेनती है भाई, जिहड़ी अपनी फिरनी है नगर वाली सारी फिरनी ते केसरी जिहड़े झंडे ने वह भी बनने आ।